ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 15 ਸਤੰਬਰ ਦਾ ਦਿਨ ਸ਼ੁੱਕਰਵਾਰ ਹੈ ਇਸ ਖਾਸ ਬੁਲੇਟਿਨ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਾਂਗੇ ਪੰਜਾਬ ਦੀਆਂ ਖਾਸ ਖਬਰਾਂ ਤੋਂ ਸਭ ਤੋਂ ਪਹਿਲੀ ਖਬਰ ਛੁੱਟੀ ਦੇ ਨਾਲ ਅਤੇ ਪੰਜਾਬ ਦੇ ਮੌਸਮ ਦੇ ਨਾਲ ਜੁੜੀ ਹੋਈ ਹੈ ਛੁੱਟੀ ਪੰਜਾਬ ਸਰਕਾਰ ਨੇ ਕੱਲ ਨੂੰ ਗੁਰੂਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਕੀਤੀ ਹੈ ਕੱਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਇਸ ਤੇ ਮੱਦੇਨਜ਼ਰ ਗੁਰੂ ਕੀ ਨਗਰੀ ਦੇ ਵਿੱਚ ਸਰਕਾਰੀ ਛੁੱਟੀ ਰਹੇਗੀ ਸਾਰੇ ادارے ਬੰਦ ਰਹਿਣਗੇ ਪੰਜਾਬ ਸਰਕਾਰ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਕੱਲ ਯਾਨੀ ਕਿ 16 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ ਸਰਕਾਰੀ ਛੁੱਟੀ ਰਹੇਗੀ ਤੇ ਇਹ ਛੁੱਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਮੌਕੇ ਐਲਾਨੀ ਗਈ ਹੈ ਗੁਰੂਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਸੁਸ਼ੋਭਿਤ ਸੱਚਖੰਡ ਸ੍ਰੀ ਹਰਮੰਦਰ ਸਾਹਿਬੇ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਬੜੇ ਜਾਹੋ ਜਲਾਲ ਦੇ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਗੁਰੂਕੀ ਨਗਰੀ ਦੇ ਅੰਦਰ ਗੁਰਦੁਆਰਾ ਰਾਮ ਸਰ ਸਾਹਿਬ ਜਿੱਥੇ ਸਰੋਵਰ ਹੈ ਉਸ ਦੇ ਕੰਡੇ ਤੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਹਿਲਾ ਇਹ ਪਾਗ ਸੀ ਯਾਨੀ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਨ ਉਹਨਾਂ ਦੀ ਸੰਪੂਰਨਤਾ ਕਰਵਾਈ ਗਈ ਸੀ ਰਾਮ ਸਰ ਸरोवर ਦੇ ਕੰਡੇ ਬਹਿ ਕੇ ਇਹ ਸਾਰੀ ਸੰਪੂਰਨਤਾ ਹੋਈ ਸੀ ਉਸ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਸੀ ਜੁਗ ਜੁਗ ਟਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂਬੀਰ ਸਿੰਘ ਨੇ ਸਾਰੀ ਸੰਗਤ ਨੂੰ ਜਿੱਥੇ ਇਸ ਦਿਹਾੜੇ ਦੀ ਵਧਾਈ ਦਿੱਤੀ ਹੈ ਉੱਥੇ ਹੀ ਸਮੁੱਚੀ ਸੰਗਤ ਨੂੰ ਇਤਿਹਾਸਿਕ ਦਿਹਾੜੇ ਮੌਕੇ ਗੁਰੂ ਘਰ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਨੇਹਾ ਵੀ ਭੇਜਿਆ। ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਜਿੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਸਾਹਿਬਾਏ ਗੁਰਦਾਸ ਜੀ ਹੋਰਾਂ ਨੂੰ ਲਖਾਰੀ ਲਾ ਕੇ ਤੇ ਗੁਰਬਾਣੀ ਲਿਖਵਾਈ ਸੀ ਨਗਰ ਕੀਰਤਨ ਸਵੇਰ ਦੇ ਠੀਕ 7 ਵਜੇ ਗੁਰਦੁਆਰਾ ਰਾਮਸਰ ਸਾਹਿਬ ਜੀ ਉਤੋਂ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਸਤਗੁਰ ਜੀ ਦੇ ਛਤਰ ਸ਼ਾਇਆ ਹੇਠ ਆਰੰਭ ਹੋਣਾ ਜਿਸ ਵਿੱਚ ਹਜ਼ਾਰਾਂ ਦੇ ਗਿਣਤੇ ਸੰਗਤ ਪਹੁੰਚ ਕੇ ਇਸ ਅਲੌਕਿਕ ਨਜ਼ਾਰੇ ਦੇ ਦਰਸ਼ਨ ਜਿਦਾਰੇ ਕਰਦੀ ਹੈ ਸਤਗੁਰਾਂ ਨੂੰ ਆਕੇ ਨਤਮਸਤਕ ਹੁੰਦੀ ਹੈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਆਕੇ ਦਰਸ਼ਨ ਕਰਦੀ ਹੈ ਉੱਥੇ ਸਮੂਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇਹਨਾਂ ਸਾਰੇ ਹੀ ਹੋਣ ਵਾਲੇ ਸਮਾਗਮਾਂ ਵਿੱਚ ਔਰ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰੋ ਇਸ ਜੀਵਨ ਨੂੰ ਬਸਰ ਕਰੋ ਔਰ ਸਤਗੁਰੂ ਦਾ ਜੋ ਉਪਦੇਸ਼ ਹੈ ਕਿ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਕਬੋ ਸੱਚੀ ਬਾਣੀ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲਾੜ ਲੱਗਿਏ ਸਤਗੁਰਾਂ ਨੂੰ ਨਤ ਮਸਤਕ ਹੋਈਏ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਆ ਕੇ ਦਰਸ਼ਨ ਦਿਦਾਰੇ ਕਰੀਏ ਇਸੇ ਸਬੰਧ ਵਿੱਚ ਕੱਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸਵੇਰੇ 9 ਤੋਂ 12 ਵਜੇ ਤੱਕ ਅਲੌਕਿਕ ਜਲੌ ਵੀ ਸਜਾਏ ਜਾਣਗੇ ਹੁਣ ਤੁਹਾਨੂੰ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੇ ਦਿੰਨੇ ਹਾਂ ਕਿਉਂਕਿ ਪੰਜਾਬੀਆਂ ਨੂੰ ਸੁੱਖ ਦਾ ਸਾਹ ਆਇਆ ਹੈ ਪਿਛਲੇ 2-3 ਦਿਨਾਂ ਤੋਂ ਪੱਠ ਵਾਂਗੂ ਤਪ ਦੀ ਗਰਮੀ ਦੇ ਨਾਲ ਪੰਜਾਬ ਤਪ ਰਿਹਾ ਸੀ ਲੋਕ ਮੁੜ ਕੋ ਮੁੜਕੀ ਹੋਏ ਪਏ ਸੀ ਪਰ ਅੱਜ ਤੜਕੇ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਿਕ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਹੈ ਪਟਿਆਲਾ ਸਾਬਜ਼ਾਦਾਜੀਤ ਸਿੰਘ ਨਗਰ ਮੁਹਾਲੀ ਸੰਗਰੂਰ ਅਤੇ ਬਠਿੰਡਾ ਜ਼ਿਲ੍ਹੇ ਤੋਂ ਮੀਂਹ ਦੀਆਂ ਖਬਰਾਂ ਮਿਲੀਆਂ ਨੇ ਪਟਿਆਲਾ ਦੇ ਤਾਂ ਭਵਾਨੀਗੜ ਤੋਂ ਲੈ ਕੇ ਬਨੂੜ ਤੱਕ ਬਹੁਤ ਹੀ ਜ਼ਬਰਦਸਤ ਜ਼ੋਰਦਾਰ ਮੀਂਹ ਪਿਆ ਹੈ ਸੜਕਾਂ ਦੇ ਉੱਤੇ ਪਾਣੀ ਖੜਨਾ ਵੀ ਸ਼ੁਰੂ ਹੋ ਗਿਆ ਸੀ ਜਿਸ ਦੇ ਨਾਲ ਪਟਿਆਲੇ ਵਾਲਿਆਂ ਦੀਆਂ ਚਿੰਤਾਵਾਂ ਵਧ ਗਈਆਂ ਸੀ ਉਂਝ ਵੀ ਜਦੋਂ ਥੋੜਾ ਜਿਹਾ ਭਾਰੀ ਮੀਂਹ ਪਟਿਆਲੇ ਪੈ ਜਾਵੇ ਤਾਂ ਲੋਕਾਂ ਨੂੰ ਲੱਗਦਾ ਹੁੰਦਾ ਹੈ ਕਿ ਹੁਣ ਡੁੱਬ ਜਾਵਾਂਗੇ ਪਟਿਆਲੇ ਦੀਆਂ ਸੜਕਾਂ ਨਕੂ ਨਕ ਪਾਣੀ ਦੇ ਨਾਲ ਭਰ ਜਾਂਦੀਆਂ ਹੁੰਦੀਆਂ ਨੇ ਤੇ ਬਿਜਲੀ ਵੀ ਕਾਫੀ ਤੇਜ਼ ਕੜਕ ਦੀ ਇੱਥੇ ਦਿਖਾਈ ਦਿੱਤੀ ਬਾਕੀ ਮੁਹਾਲੀ ਜ਼ਿਲ੍ਹੇ ਦੇ ਵਿੱਚ ਥੋੜਾ ਹਲਕਾ ਮੀਂਹ ਪਿਆ ਹੈ ਕਿਤੇ ਹਲਕਾ ਕਿਤੇ ਦਰਮਿਆਨਾ ਤੇ ਪਟਿਆਲੇ ਦਾ ਬਹੁਤ ਭਾਰੀ ਮੀਂਹ ਪਿਆ ਜਿਸ ਦੇ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੇ ਹੁਮਸ ਤੋਂ ਜ਼ਰੂਰ ਰਾਹਤ ਮਿਲੀ ਹੈ ਤੜਕੇ ਦੇ ਤਾਪਮਾਨ ਦੇ ਵਿੱਚ ਔਸਤਨਿਕ ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਪੂਰੇ ਪੰਜਾਬ ਦੇ ਵਿੱਚ ਤੇ ਮੌਸਮ ਵਿਭਾਗ ਨੇ ਅਗਲੇ 6 ਦਿਨ ਤੱਕ ਪੰਜਾਬ ਦੇ ਵਿੱਚ ਭਾਰੀ ਮੀਂਹ ਗਰਜ ਚਮਕ ਦੀ ਭਵਿੱਖਬਾਣੀ ਕੀਤੀ ਹੈ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਸਾਹਿਬ ਮੋਗਾ ਭਿੰਡਾ ਲੁਧਿਆਣਾ ਬਰਨਾਲਾ ਮਾਨਸਾ ਯਾਨੀ ਕਿ ਪੰਜਾਬ ਦਾ ਹਰ ਖੇਤਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਗਲੇ ਅਗਲੇ ਜਿਹੜੇ 1 ਹਫ਼ਤੇ ਤੱਕ ਭਾਰੀ ਮੀਂਹ ਦੀ ਚੇਤਾਵਨੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਲੋਕਾਂ ਦੇ ਲਈ ਇਹ ਬੜੀ ਠੰਡਕ ਪਹੁੰਚਾਉਣ ਵਾਲੀ ਖਬਰ ਹੈ ਹਾਲਾਂਕਿ ਨਰਮਾ ਪੱਟੀ ਵਾਲੇ ਕਿਸਾਨਾਂ ਦੇ ਸਾਹ ਵੀ ਸੁੱਤੇ ਗਏ ਨੇ ਕਿਉਂਕਿ ਐਤਕੀ ਨਰਮੇ ਦੀ ਫਸਲ ਨੂੰ ਫਲ ਬਹੁਤ ਚੰਗਾ ਲੱਗਿਆ ਜੇ ਗੁਲਾਬੀ ਸੁੰਢੀ ਐਤਕੀ ਨਾ ਹਮਲਾ ਕਰੇ ਤਾਂ ਕਿਸਾਨਾਂ ਨੂੰ ਕਾਫੀ ਫਾਇਦਾ ਹੋ ਸਕਦਾ ਪਿਛਲੇ 2-3 ਸਾਲਾਂ ਤੋਂ ਲਗਾਤਾਰ ਜਿਹੜੀਆਂ ਫਸਲਾਂ ਗੁਲਾਬੀ ਸੁੰਢੀ ਦੀ ਭੇਂਟ ਚੜ ਰਹੀਆਂ ਸਨ ਉਹ ਐਤਕੀ ਚੰਗਾ ਮੁਨਾਫਾ ਦੇ ਸਕਦੀਆਂ ਨੇ ਪਰ ਜੇ ਮੀਂਹ ਬਹੁਤ ਜ਼ਿਆਦਾ ਤੇਜ਼ ਪਿਆ ਤਾਂ ਮੁਸ਼ਕਲ ਵੱਧ ਵੀ ਸਕਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੈਨਟ ਦਰ ਸਰਕਾਰ ਨੂੰ ਸੁਨੇਹਾ ਭੇਜਿਆ ਹੈ ਕਿ ਅੰਨ ਭੰਡਾਰ ਨਕੋ ਨਕ ਭਰਨ ਵਾਲੇ ਸਾਡੇ ਪੰਜਾਬ ਦੇ ਕਿਸਾਨਾਂ ਤੇ ਪਾਬੰਦੀਆਂ ਤੁਸੀਂ ਥੋਪ ਰਹੇ ਹੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੇਂਦਰ ਸਰਕਾਰ ਦੇ ਵੱਲੋਂ ਬਾਸਮਤੀ ਦੀ ਬਰਾਮਤ ਤੇ ਲਾਈਆਂ ਪਾਬੰਦੀਆਂ ਨੂੰ ਪੰਜਾਬ ਤੇ ਕਿਸਾਨ ਵਿਰੋਧੀ ਕਦਮ ਦੱਸਦਿਆਂ ਸੀਐਮ ਭਗਵੰਤ ਮਾਨ ਨੇ ਕੇਂਦਰ ਤੋਂ ਇਸ ਆਪ ਹੁਦਰੇ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 2 ਦਿਨਾਂ ਕਿਸਾਨ ਮੇਲੇ ਦੇ ਆਖਰੀ ਦਿਨ ਮੇਲੇ ਵਿੱਚ ਪਹੁੰਚੇ ਵੱਡੀ ਗਿਣਤੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੀਐਮ ਨੇ ਬੜੇ ਦੁਖੀ ਹਿਰਦੇ ਦੇ ਨਾਲ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਬੇਤੁਕਾ ਫੈਸਲਾ ਕਿਸਾਨਾਂ ਦੇ ਨਾਲ-ਨਾਲ ਵਪਾਰੀਆਂ ਨੂੰ ਆਰਥਿਕ ਤੌਰ ਤੇ ਵੱਡਾ ਨੁਕਸਾਨ ਪਹੁੰਚਾਊਗਾ ਉਨ੍ਹਾਂ ਕਿਹਾ ਕਿ ਕੇਂਦਰੀ ਨੇ ਬਾਸਮਤੀ ਚੌਲਾਂ ਦਾ ਘੱਟੋ-ਘੱਟ ਬਰਾਮਦ ਮੁੱਲ 1200 ਡਾਲਰ ਪ੍ਰਤੀ ਟਨ ਤੈਅ ਕਰ ਦਿੱਤਾ ਹੈ ਜਿਸ ਦੇ ਨਾਲ ਬਾਸਮਤੀ ਦੀਆਂ ਘਰੇਲੂ ਕੀਮਤਾਂ ਦੇ ਉੱਤੇ ਬੁਰਾ ਅਸਰ ਪਵੇਗਾ ਅਦਰ ਅਸਲ ਪਿਛਲੇ ਦਿਨੀ ਇੱਕ ਖਬਰ ਅਸੀਂ ਵੀ ਤੁਹਾਨੂੰ ਦੱਸੀ ਸੀ ਕਿ ਸੈਂਟਰ ਸਰਕਾਰ ਨੇ ਰੇਟ ਇੰਨੇ ਘੱਟ ਕਰ ਦਿੱਤੇ ਨੇ ਬਾਸਮਤੀ ਦੇ ਇੰਨੇ ਘਟਾ ਦਿੱਤੇ ਨੇ ਪੰਜਾਬ ਦੇ ਵਿੱਚ ਕਿ ਇਸ ਨੂੰ ਹੁਣ ਵਿਦੇਸ਼ਾਂ ਦੇ ਵਿੱਚ ਭੇਜਿਆ ਹੀ ਨਹੀਂ ਜਾ ਸਕਦਾ ਵਿਦੇਸ਼ਾਂ ਵਿੱਚ ਭੇਜਣ ਤੇ ਬਰਾਮਦ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ ਜਿਸ ਦਾ ਵੱਡਾ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਇੱਕ ਨਵਾਂ ਪੰਗਾ ਪਾਤਾ ਹੁਣ ਸੈਂਟਰ ਨੇ 1200 ਡਾਲਰ ਪਰ ਟਨ ਉਹਦੇ ਤੇ ਫੈਸਲਾਤਾ ਜੇ ਤੁਸੀਂ ਬਾਹਰ ਵੇਚਣੀ ਹੈ ਲਓ ਦੱਸੋ ਬੜੀ ਮੁਸ਼ਕਲ ਨਾਲ ਅਸੀਂ ਪੈਦਾਵਾਰ ਵਧਾ ਰਹੇ ਹਾਂ ਤੇ ਪੈਸਟੀਸਾਈਡ ਰਹਿਤ ਬਾਸਮਤੀ ਪੈਦਾ ਕਰ ਰਹੇ ਹਾਂ ਕਹਿੰਦੇ ਜੇ ਬਾਹਰ ਵੇਚਣੀ ਐ ਇੰਨੇ ਪੈਸੇ ਦਿਓ ਪਹਿਲਾਂ ਇੱਥੇ ਸੈਂਟਰ ਨੂੰ ਐਸਾ ਜਿਹਾ ਰੂਲ ਬਣਾ ਦਿੰਦੇ ਨੇ ਹੁਣ ਉਹ ਉਹਦੇ ਵਾਸਤੇ ਲੜ ਰਹੇ ਆ ਕੀ ਅਸੀਂ ਕੋਈ ਗੱਲ ਨਹੀਂ ਅਸੀਂ ਬੰਗਾਲ ਨੂੰ ਵੇਚ ਲੈਣੇ ਫਿਰ ਅਸੀਂ ਕੇਰਲਾ ਨੂੰ ਵੇਚ ਲੈਣੇ ਤਾਂ ਮਨਾਡੂ ਨੂੰ ਵੇਚ ਲੈਣੇ ਉਹ ਵੀ ਭਾਲਦੇ ਨੇ ਬਾਸਪਤੀ ਆਪਣੀ ਕਿਸਾਨ ਮੇਲੇ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਟਵਿੱਟਰ ਦੇ ਉੱਤੇ ਵੀ ਟਵੀਟ ਕਰਕੇ ਦੱਸਿਆ ਕਿ ਕਿਸਾਨ ਮੇਲੇ 'ਚ ਸ਼ਿਰਕਤ ਕਰਕੇ ਬੜੀ ਖੁਸ਼ੀ ਹੋਈ ਵੇਖ ਕੇ ਕਿ ਮੇਲਿਆਂ ਦੇ ਵਿੱਚ ਮੋੜ ਤੋਂ ਰੌਣਕਾਂ ਪਾਰਤ ਰਹੀਆਂ ਨੇ ਸਾਡੀ ਸਰਕਾਰ ਨੇ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਧਿਆਨ 'ਚ ਰੱਖ ਕੇ ਖੇਤੀ ਨੂੰ ਉੱਤਮ ਰੱਖਿਆ ਹੈ ਕਿਸਾਨਾਂ ਕਿਸਾਨ ਤੇ ਕਿਰਸਾਨੀ ਨੂੰ ਪੈਰਾਂ ਸਿਰ ਕਰਨ ਦੇ ਲਈ ਲਗਾਤਾਰ ਅਸੀਂ ਕਹਿੰਦੇ ਯਤਨ ਕਰ ਰਹੇ ਹਾਂ ਖੇਤੀਬਾੜੀ ਦੀਆਂ ਨਵੀਆਂ ਨੀਤੀਆਂ ਦੇ ਨਾਲ ਪੰਜਾਬ ਦੀ ਕਿਰਸਾਨੀ ਨੂੰ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਸੁਖਾਲੀ ਕਰ ਦੇਵਾਂਗੇ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਲਗਾਤਾਰ 2 ਦਿਨ ਕਿਸਾਨ ਮੇਲਾ ਚੱਲਿਆ ਹੈ ਇਸ ਦੇ ਨਾਲ ਹੀ ਗੜਵਾਸੂ ਯੂਨੀਵਰਸਿਟੀ ਦੇ ਵਿੱਚ ਜਿਹੜਾ ਹੈਗਾ 2 ਦਿਨਾਂ ਪਸ਼ੂ ਮੇਲਾ ਵੀ ਚੱਲਿਆ ਹੈ ਵੱਡੀ ਗਿਣਤੀ ਕਿਸਾਨਾਂ ਨੇ 2 ਦਿਨਾਂ ਕਿਸਾਨ ਮੇਲੇ ਦੇ ਵਿੱਚ ਸ਼ਿਰਕਤ ਕੀਤੀ ਜਿਹੜੇ ਕਾਮਯਾਬ ਕਿਸਾਨ ਨੇ ਮਿਸਾਲਾਂ ਜਿਹੜੀਆਂ ਜਿਨ੍ਹਾਂ ਨੇ ਮਸਾਲਾ ਪੈਦਾ ਕੀਤੀਆਂ ਨੇ ਸਮਾਜ ਦੇ ਵਿੱਚ ਉਹਨਾਂ ਨੂੰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੇਲੇ ਦੇ ਪਹਿਲੇ ਦਿਨ ਸਨਮਾਨਿਤ ਵੀ ਕੀਤਾ ਇੱਥੇ ਵੱਖ-ਵੱਖ ਵੱਖ-ਵੱਖ ਥਾਵਾਂ ਤੋਂ ਪਹੁੰਚੇ ਹੈ ਕਿਸਾਨਾਂ ਨੇ ਵੱਖੋ-ਵੱਖਰੇ ਆਪਣੇ ਉਤਪਾਦ ਦੇ ਸਟਾਲ ਵੀ ਲਾਏ ਅਤੇ ਆਪੋ ਆਪਣੇ ਤਜਰਬੇ ਵੀ ਸਾਂਝੇ ਕੀਤੇ ਸਾਡੇ ਖੇਤੀਬਾੜੀ ਖਾਸ ਪੱਤਰਕਾਰ ਸੁਖਵਿੰਦਰ ਸਿੰਘ ਦੀ ਜੇ ਸੁਖਵਿੰਦਰ ਸਿੰਘ ਤੇ ਜਸਪੀਤ ਸਿੰਘ ਦੀ ਟੀਮ ਨੇ ਵੀ ਉਥੋਂ ਸਫਲ ਕਿਸਾਨਾਂ ਦੀਆਂ ਤੇ ਵੱਖਰੀਆਂ ਖੇਤੀਬਾੜੀ ਦੇ ਨਾਲ ਜੁੜੀਆਂ ਕਹਾਣੀਆਂ ਨੇ ਜਿਹੜੀਆਂ ਉਹ ਲੱਭ ਕੇ ਲਿਆਉਂਦੀਆਂ ਨੇ ਅਸੀਂ ਆਉਂਦੇ ਦਿਨਾਂ ਦੇ ਵਿੱਚ ਖਾਲਸ ਟੀਵੀ ਤੇ ਤੁਹਾਨੂੰ ਦਿਖਾਉਂਦੇ ਰਹਾਂਗੇ 2 ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਅਨੰਤਨਾਗ ਦੇ ਵਿੱਚ دہشت گردਾਂ ਨਾਲ ਮੁਕਾਬਲੇ 'ਚ ਸ਼ਹੀਦ ਹੋਣ ਵਾਲੇ ਸਾਬਕਾ ਜ਼ਦਾ ਅਜੀਤ ਸਿੰਘ ਨਗਰ ਮੋਹਾਲੀ ਜ਼ਿਲ੍ਹੇ ਨਾਲ ਸਬੰਧਿਤ ਕਰਨਲ ਮਨਪ੍ਰੀਤ ਸਿੰਘ ਦਾ ਉਹਨਾਂ ਦੇ ਜੱਦੀ ਪਿੰਡ ਪੜੌਜੀਆਂ ਦੇ ਵਿੱਚ ਸਰਕਾਰੀ ਤੇ ਫੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਕੈਪਟਨ ਦੀਦਾਰ ਸਿੰਘ ਦੀ ਅਗਵਾਈ ਹੇਠ ਭਾਰਤੀ ਫੌਜ ਦੀ ਟੁਕੜੀ ਤਰੰਗੇ ਦੇ ਵਿੱਚ ਲਿਪਟੀ ਸ਼ਹੀਦ ਕਰਨਲ ਦੀ ਦੇਹ ਲੈ ਕੇ ਪਿੰਡ ਪੜੌਜੀਆਂ ਪਹੁੰਚੀ 에ਅਰ ਲਿਫਟ ਰਾਹੀਂ ਸ਼ਹੀਦ ਕਰਨਲ ਦੀ ਦੇਹ ਇੱਕ ਦਿਨ ਪਹਿਲਾਂ ਹੀ ਚੰਡੀਮੰਡਰ ਚੰਡੀਮੰਦਰ ਸਥਿਤ ਕਮਾਂਡ ਹਸਪਤਾਲ ਦੇ ਵਿੱਚ ਪਹੁੰਚ ਗਈ ਸੀ ਜਿਸ ਤੋਂ ਬਾਅਦ ਦੇ ਨੂੰ ਤੜਕੇ ਕਰੀਬ 11:30 ਵਜੇ ਸ਼ਰਧਾਂਜਲੀ ਦੇਣ ਤੋਂ ਬਾਅਦ ਪਿੰਡ ਪੜੌਂਜੀਆਂ ਲਜਾਇਆ ਗਿਆ ਇੱਥੇ ਕੁਝ ਸਮੇਂ ਦੇ ਲਈ ਕਰਨਲ ਸਾਹਿਬ ਦੀ ਮਰਤਕ ਦੇਨ ਨੂੰ ਪਰਿਵਾਰ ਤੇ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਇਸ ਤੋਂ ਬਾਅਦ ਫੌਜੀ ਅਫਸਰ ਪੰਜਾਬ ਸਰਕਾਰ ਦੇ ਨੁਮਾਇੰਦੇ ਤੇ ਇਲਾਕੇ ਦੇ ਪਤਵੰਤਿਆਂ ਨੇ ਸ਼ਰਧਾਂਜਲੀ ਦਿੱਤੀ ਇਸ ਤੋਂ ਬਾਅਦ ਪਿੰਡ ਪੜੌਂਜੀਆਂ ਦੇ ਸ਼ਮਸ਼ਾਨ ਘਾਟ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਕਰਨਲ ਦੀ ਚਿੰਤਾ ਨੂੰ ਅਗਨੀ ਉਹਨਾਂ ਦੇ 7 ਸਾਲ ਦੇ ਪੁੱਤਰ ਤੇ ਕਰਨਲ ਦੇ ਛੋਟੇ ਭਰਾ ਸੰਦੀਪ ਸਿੰਘ ਨੇ ਦਿਖਾਈ ਤੇ ਬਹੁਤ ਹੀ ਭਾਵੁਕ ਕਰਨ ਵਾਲੇ ਪਲ ਸਨ ਜਦੋਂ 7 ਸਾਲ ਦੇ ਪੁੱਤ ਨੇ ਫੌਜੀ ਵਰਦੀ ਪਾ ਕੇ ਆਪਣੇ ਪਿਤਾ ਨੂੰ ਆਖਰੀ ਸਲੂਟ ਮਾਰਿਆ ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਚੇਤਨ ਸਿੰਘ ਜੋੜੇ ਮਾਜਰਾ ਆਈਜੀ ਗੁਰਪ੍ਰੀਤ ਸਿੰਘ ਪੁੱਲਰਡ ਡਿਪਟੀ ਕਮਿਸ਼ਨਰ ਅਸ਼ਕਾ ਜੈਨ ਐਸਐਸਪੀ ਸੰਦੀਪ ਗਰਗ ਸਮੇਤ ਹੋਰ ਬਹੁਤ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਤੇ ਲੀਡਰ ਪਹੁੰਚੇ ਹੋਏ ਸਨ ਤੇ ਅੰਤਿਮ ਸੰਸਕਾਰ ਮੌਕੇ ਕਰਨਲ ਮਨਪ੍ਰੀਤ ਸਿੰਘ ਅਮਰ ਰਹੀ ਦੀ ਨਾਰੇ ਗੂੰਜਦੇ ਰਹੇ ਪਰ ਇਸ ਦਰਮਿਆਨ ਸਾਨੂੰ ਬੜੀ ਹੈਰਾਨੀ ਵੀ ਹੋ ਰਹੀ ਹੈ ਤੇ ਦੁੱਖ ਵੀ ਹੋ ਰਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਨੰਤ ਨਾਗ ਦੇ ਵਿੱਚ ਸ਼ਹੀਦ ਹੋਣ ਵਾਲੇ ਇਨ੍ਹਾਂ ਅਫਸਰਾਂ ਦੇ ਲਈ ਹਾਲੇ ਤੱਕ ਇੱਕ ਸ਼ਬਦ ਨਹੀਂ ਬੋਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਘੰਟਿਆਂ ਬਾਅਦ ਦੁੱਖਤਾ ਜ਼ਰੂਰ ਪ੍ਰਗਟਾ ਦਿੱਤਾ ਸੀ ਪਰ ਜਿਹੜੀ ਐਕਸ ਗ੍ਰੇਸ਼ੀਆ ਗ੍ਰਾਂਟ ਹੁੰਦੀ ਹੈ ਇੱਕ ਪਰਿਵਾਰ ਦੇ ਲਈ ਬਹੁਤ ਹੀ ਦੁੱਖ ਦੇ ਵਿੱਚ ਇਹ ਪਰਿਵਾਰ ਜਿਸ ਨੇ ਆਪਣੇ ਜਿਸ ਦੇ ਜਿਸ ਦੇ ਜੀ ਨੇ ਆਪਣੇ ਮੁਲਕ ਦੇ ਲਈ ਕੁਰਬਾਨੀ ਦੇ ਦਿੱਤੀ ਹੈ ਉਸ ਦੇ ਲਈ ਹਾਲੇ ਤੱਕ ਕੋਈ ਵੀ ਐਲਾਨ ਕਿਉਂ ਨਹੀਂ ਕੀਤਾ ਗਿਆ ਉਧਰ ਕਸ਼ਮੀਰ ਦੇ ਅਨੰਤਨਾਗ ਦੇ ਕੋਕਰਨਾਗ ਦੇ ਵਿੱਚ ਸ਼ੁੱਕਰਵਾਰ ਨੂੰ ਚੌਥੇ ਦਿਨ ਵੀ دہشتਗਰਦਾਂ ਦੇ ਨਾਲ ਮੋਠਪੇੜ ਚੱਲਦੀ ਰਹੀ ਵੀਰਵਾਰ ਨੂੰ دہشتਗਰਦਾਂ ਦੀ ਗੋਲੀ ਲੱਗਣ ਨਾਲ ਜਿਹੜਾ ਇੱਕ ਹੋਰ ਫੌਜੀ ਜਵਾਨ ਜ਼ਖਮੀ ਹੋਇਆ ਸੀ ਉਸ ਦੀ ਵੀ ਮੌਤ ਹੋ ਗਈ ਹੈ ਰਾਜੌਨੀ ਤੱਕ ਫੇਲੇ ਪੀਰ ਪੰਜਾਲ ਦੇ ਸੰਗਣੀ ਜੰਗਲ ਦੇ ਵਿੱਚ 2 ਤੋਂ 3 ਜਣਾਂ ਦੇ ਲੁਕੇ ਹੋਣ ਦੀ ਖਬਰ ਹੈ ਇਹਨਾਂ ਚੋਂ ਇੱਕ ਕਹਿੰਦੇ ਲਸ਼ਕਰੇ ਤੋਇਬਾ ਦਾ ਕਮਾਂਡਰ ਉਸੈਰ ਖਾਨ ਹੈ ਫੌਜ ਦੇ ਕਮਾਂਡੋ ਸਨੀਫਰ ਡੌਗ ਡਰੋਨ ਹੈਲੀਕਾਪਟਰ ਦੀ ਮਦਦ ਨਾਲ ਇਹਨਾਂ ਦੀ ਭਾਲ ਕਰ ਰਹੇ ਨੇ ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ دہشتਗਰਦਾਂ ਨੂੰ 4 ਕਿਲੋ ਮੈਟਰ ਦੇ ਦਾਇਰੇ ਦੇ ਵਿੱਚ ਘੇਰ ਲਿਆ ਗਿਆ ਕਿਸੇ ਵੀ ਸਮੇਂ ਇਹਨਾਂ ਨੂੰ ਢੇਰ ਕਰ ਦਿੱਤਾ ਜਾਵੇਗਾ ਬੁੱਧਵਾਰ ਨੂੰ ਇਹਨਾਂ ਅੰਦੇ ਵੱਲੋਂ ਕੀਤੇ ਗਏ ਹਮਲੇ 'ਚ ਫੌਜ ਦੇ ਕਰਨਲ ਮਨਪ੍ਰੀਤ ਸਿੰਘ ਬੈਂਸ ਮੇਜਰ ਆਸ਼ੀਸ਼ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਡੀਐਸਪੀ ਹਮਾਈਉਂ ਪੱਟ ਸ਼ਹੀਦ ਹੋ ਗਏ ਸਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਦਾ 3 ਦਿਨਾਂ ਦੌਰਾ ਸਮਾਪਤ ਹੋ ਗਿਆ ਪਰ ਇਸ 3 ਦਿਨਾਂ ਦੌਰੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਪਾਰੀਆਂ ਦੇ ਨਾਲ ਤਾਂ ਜ਼ਰੂਰ ਮਿਲਣੀ ਕੀਤੀ ਹੈ ਐਮਿਨੈਂਸ ਸਕੂਲ ਦਾ ਉਦਘਾਟਨ ਵੀ ਕੀਤਾ ਹੈ ਪਰ ਨਾ ਹੀ ਤਾਂ ਉਹਨਾਂ ਦੇ ਵੱਲੋਂ ਸਮੁੱਚੇ ਰੂਪ ਦੇ ਵਿੱਚ ਸਮੂਹਿਕ ਰੂਪ ਦੇ ਵਿੱਚ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਜਾਣ ਦੀ ਕੋਈ ਖਬਰ ਮਿਲੀ ਖਬਰਾਂ ਪੜੇ ਜਾਣ ਤੱਕ ਤੇ ਨਾ ਹੀ ਸੰਘਰਸ਼ੀ ਲੋਕ ਪੰਜਾਬ ਦੇ ਜਿਹੜੇ ਅਰਵਿੰਦ ਕੇਜਰੀਵਾਲ ਨੂੰ ਸੁਨੇਹੀ ਭੇਜ ਰਹੇ ਸੀ ਕਿ ਸਾਨੂੰ ਵੀ ਮਿਲ ਕੇ ਜਾਇਓ ਨਾ ਹੀ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਮੇਲਣ ਦੇ ਲਈ ਪਹੁੰਚੇ ਚਾਹੇ ਉਹਨਾਂ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਕਿਉਂ ਨਾ ਹੋਵੇ ਮਾਨਸਾ ਤੋਂ ਜਾਂ ਫਿਰ ਜ਼ੀਰਾ ਮੋਰਚੇ ਤੇ ਬੈਠੇ ਲੋਕ ਕਿਉਂ ਨਾ ਹੋਣ ਕਿਸੇ ਕੋਲ ਅਰਵਿੰਦ ਕੇਜਰੀਵਾਲ ਨਹੀਂ ਪਹੁੰਚੇ ਜਾਂ ਉਹਨਾਂ ਨੂੰ ਸਮਾਂ ਨਹੀਂ ਲੱਗਿਆ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਦੇ ਵਿੱਚ ਸਰਕਾਰ ਸੰਪਰਕ ਮੀਟਿੰਗ ਦੇ ਹਿੱਸੇ ਵਜੋਂ ਵਪਾਰੀਆਂ ਦੇ ਨਾਲ ਵਿਸ਼ੇਸ਼ ਬੈਠਕ ਕੀਤੀ ਸੀਐਮ ਮਾਨ ਨੇ ਸਨਦਕਾਰ ਸਰਕਾਰ ਮਿਲਣ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਦੀ ਇੱਛਾ ਹੈ ਕਿ ਕਾਰਖਾਨਿਆਂ ਨੂੰ ਸਿਰਫ ਕਾਰਖਾਨੇਦਾਰ ਚਲਾਉਣ ਉਹਦੇ ਵਿੱਚ ਕਿਸੇ ਵੀ ਕਿਸਮ ਦੀ ਸਿਆਸਤ ਨਹੀਂ ਆਉਣ ਦਿੱਤੀ ਜਾਊਗੀ ਉਹਦੇ ਵਿੱਚ ਅਫਸਰशाही ਦੀ ਦਖਲਅੰਦਾਜ਼ੀ ਵੀ ਨਹੀਂ ਹੋਣ ਦਿੱਤੀ ਜਾਏਗੀ ਸੀਐਮ ਨੇ ਦੱਸਿਆ ਕਿ ਬਹੁਤ ਸਾਰੇ ਸੁਝਾਅ ਮਿਲੇ ਕਈਆਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਦਾ ਸੀ ਕਹਿੰਦੇ ਭਰੋਸਾ ਦਤਾ ਹੈ ਤੇ ਜਈਆਂ ਮਿਲਣੀਆਂ ਹਰ 4-5 ਮਹੀਨਿਆਂ ਬਾਅਦ ਅਸੀਂ ਰੱਖਿਆ ਕਰਾਂਗੇ ਤਾਜੋ ਇੰਡਸਟਰੀ ਦੇ ਸਨਦਕਾਰਾਂ ਨੂੰ ਪੰਜਾਬ ਦੇ ਵਿੱਚ ਸੁਖਾਵਾਂ ਮਾਹੌਲ ਮਿਲੇ ਤੇ ਹਰ ਇੱਕ ਦਾ ਕਾਰੋਬਾਰ ਵਧੇ ਫੁੱਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਕਿਹਾ ਸੀਐਮ ਭਗਵੰਤ ਮਾਨ ਨੇ ਸੀਐਮ ਨੇ ਐਲਾਨ ਕੀਤਾ ਕਿ ਬੁਨਿਆਦੀ ਢਾਂਚਾ ਸੁਧਾਰਨ ਦੇ ਨਾਲ ਨਾਲ ਲੁਧਿਆਣਾ ਦੇ ਸਨਤਿ ਇਲਾਕਿਆਂ ਦੇ ਵਿੱਚ 6 ਪੁਲਿਸ ਚੌਕੀਆਂ ਦੀ ਸਥਾਪਨਾ ਵੀ ਕੀਤੀ ਜਾਊਗੀ ਛੇਤੀ ਨੋਟੀਫਿਕੇਸ਼ਨ ਆਵੇਗਾ ਅਣਅਧਿਕਾਰਿਤ ਕਲੋਨੀਆਂ ਦੇ ਵਿੱਚ ਬਿਜਲੀ ਦੇ ਮੀਟਰ ਵੀ ਲਾਏ ਜਾਣਗੇ ਸੀਐਮ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਬੀਜੇ ਹੋਏ ਕੰਡੇ ਅਸੀਂ ਚੁਗ ਰਹੇ ਹਾਂ ਪਹਿਲਾਂ ਵਾਲੇ ਲੀਡਰ ਕਹਿੰਦੇ ਸਨਦਕਾਰਾਂ ਨੂੰ ਡਰਾ ਕੇ ਰੱਖਦੇ ਸੀ ਤੇ ਅਸੀਂ ਚੋਣੇ ਦੇ ਸੀਜ਼ਨ ਵਿੱਚ ਵੀ ਕਦੇ ਬਿਜਲੀ ਕਰਕੇ ਇੰਡਸਟਰੀ ਬੰਦ ਨਹੀਂ ਸੀ ਕਰਨ ਦਿੱਤੀ ਪਹਿਲਾਂ ਵਾਲੇ ਕਹਿੰਦੇ ਕਿਸਾਨਾਂ ਨੂੰ ਬਿਜਲੀ ਦੇਣ ਮੌਕੇ ਸੰਦਕਾਰਾਂ ਦੀ ਬਿਜਲੀ ਬੰਦ ਹੀ ਕਰ ਦਿੰਦੇ ਸੀ ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਵੀ ਸੰਦਕਾਰਾਂ ਨੂੰ ਸੰਬੋਧਨ ਕੀਤਾ ਤੇ ਅਰਵਿੰਦ ਕੇਜਰੀਵਾਲ ਦੇ ਦੌਰੇ ਦੇ ਪਹਿਲੇ ਦਿਨ 13 ਸਤੰਬਰ ਨੂੰ ਗੁਰੂਕਿੰਗਰੀ ਅੰਮ੍ਰਿਤਸਰ ਦੇ ਵਿੱਚ ਜਦੋਂ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕੀਤਾ ਗਿਆ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਪਹਿਲਾ ਸਕੂਲ ਆਫ ਫੈਮਿਨੈਂਸ ਦੱਸਿਆ ਸੀ ਉਹ ਹੁਣ ਆਪਣੇ ਦੇ ਨਾਲ-ਨਾਲ ਵਿਰੋਧੀਆਂ ਦੇ ਸ਼ਾਨ ਨੇ ਤੇ ਵੀ ਆ ਗਿਆ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪੜਾਅਸ ਕੱਢੀ ਹੈ ਫੇਸਬੁੱਕ ਤੇ ਲਿਖਿਆ ਹੈ ਕਿ ਇਹ ਪੰਜਾਬ ਸਰਕਾਰ ਜਿਸ ਨੇ ਬੇਸ਼ਰਮੀ ਦੇ ਨਾਲ ਸੇਵਾ ਕੇਂਦਰਾਂ ਨੂੰ ਆਮ ਆਦਮੀ ਪਾਰਟੀ ਦੇ ਰੰਗ ਵਿੱਚ ਰੰਗ ਕੇ ਪੰਜਾਬੇ ਨਾਲ ਧੋਖਾ ਕੀਤਾ ਹੁਣ ਉਸੇ ਤਰੀਕੇ ਨਾਲ ਸ਼੍ਰੀ ਅਮਰਸਰ ਸਾਹਿਬ ਵਿਖੇ ਇੱਕ ਪੁਰਾਣੇ ਸਰਕਾਰੀ ਸਕੂਲ ਨੂੰ ਰੰਗ ਕਰਕੇ ਸਕੂਲ ਆਫ ਐਮਿਨੈਂਸ ਕਹਿ ਕੇ ਉਹਦਾ ਉਦਘਾਟਨ ਕਰ ਦਿੱਤਾ ਹੈ ਕਹਿੰਦੇ ਅਸਲੀਅਤ ਤਾਂ ਇਹ ਹੈ ਕਿ ਇਹ ਸਕੂਲ ਤਾਂ ਸਾਡੀ ਸਰਕਾਰ ਵੇਲੇ ਖੋਲਿਆ ਗਿਆ ਸੀ ਹੁਣ ਸਿਰਫ ਨਵੀਨੀਕਰਨ ਦੇ ਨਾਂ ਹੇਠ ਇਹਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ ਗਏ ਨੇ ਤੇ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੇ 2014 ਵਿੱਚ ਸਥਾਪਿਤ ਕੀਤੇ ਗਏ 10 ਮੈਰਿਟੋਰੀਅਸ ਸਕੂਲ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਆਰਥਿਕ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਮੁਫਤ ਵਰਦੀ ਮੁਫਤ ਭੋਜਨ ਤੇ ਮੁਫਤ ਰਹਿائش ਦਿੱਤੀ ਜਾਂਦੀ ਹੈ ਤੇ ਇਹਨਾਂ ਸਕੂਲਾਂ ਨੂੰ ਸਿਆਸੀ ਕਾਰਨਾ ਕਰਕੇ ਕਹਿੰਦੇ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਦਰਅਸਲ ਪੰਜਾਬ ਦੇ ਵਿੱਚ ਸੱਚਾਈ ਵੀ ਹੈ ਕਿ ਜਿਹੜੇ ਮੈਰਿਟੋਰੀਅਸ ਸਕੂਲ ਨੇ ਉਹਨਾਂ ਦੀ ਗ੍ਰੇਡਿੰਗ ਪੜ੍ਹਾਈ ਦੇ ਪੱਖ ਤੋਂ ਬਹੁਤ ਚੰਗੀ ਹੈ ਉੱਥੇ ਜਿਹੜੇ ਟਾਪਰ ਵਿਦਿਆਰਥੀ ਹੁੰਦੇ ਨੇ ਉਹਨਾਂ ਨੂੰ ਹੀ ਦਾਖਲਾ ਮਿਲਦਾ ਹੈ ਤੇ ਬਹੁਤ ਹੀ ਚੰਗੇ ਪੱਧਰ ਦੀ ਪੜ੍ਹਾਈ ਕਰਾਈ ਜਾਂਦੀ ਹੈ ਸੋ ਹੁਣ ਐਮਿਨੈਂਸ ਸਕੂਲਾਂ ਦੇ ਉੱਤੇ ਸਿਆਸਤ ਸ਼ੁਰੂ ਹੋ ਗਈ ਹੈ ਇਸ ਤੋਂ ਪਹਿਲਾਂ ਅੰਮ੍ਰਿਤਸਰ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਦਾਅਵਾ ਕੀਤਾ ਸੀ ਕਿ ਸਕੂਲ ਤਾਂ ਪਹਿਲਾਂ ਤੋਂ ਹੀ ਤਿਆਰ ਸੀ ਪਹਿਲਾਂ ਤੋਂ ਹੀ ਬਹੁਤ ਵਧੀਆ ਮਿਆਰ ਦਾ ਸਕੂਲ ਸੀ ਥੋੜੀ ਜਿਹੀ ਮੁਰੰਮਤ ਕਰਵਾ ਕੇ ਕਹਿੰਦੇ ਮਾਨ ਸਰਕਾਰ ਸਿਰਫ ਆਪਣਾ ਟੈਗ ਲਾ ਰਹੀ ਹੈ ਪੰਜਾਬ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਇੱਕ ਹੋਰ ਵਿਵਾਦ ਖੱਟਿਆ ਹੈ ਵਨ ਨੇਸ਼ਨ ਵਨ ਐਜੂਕੇਸ਼ਨ ਕਹਿ ਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਦਾ ਵਿਰੋਧ ਕੀਤਾ ਗਿਆ ਹੈ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਿਆਨ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਨ ਨੇਸ਼ਨ ਵਨ ਐਜੂਕੇਸ਼ਨ ਵਾਲੇ ਬਿਆਨ ਦੀ ਮੈਂ ਕਰੜੀ ਨਿੰਦਿਆ ਕਰਦਾ ਹਾਂ ਕਿਉਂਕਿ ਉਹਨਾਂ ਦਾ ਇਹ ਬਿਆਨ ਉਹਨਾਂ ਦੀ ਪੰਜਾਬ ਤੇ ਖਾਸ ਕਰਕੇ ਸਿੱਖ ਵਿਰੋਧੀ ਮਨਸ਼ਾ ਨੂੰ ਪ੍ਰਗਟਾਉਣ ਵਾਲਾ ਹੈ ਕਹਿੰਦੇ ਸਿੱਖਾਂ ਦਾ ਆਪਣਾ ਖਾਸਾ ਹੈ ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬਾਨ ਵੱਲੋਂ ਸਿਰਜੇਗੇ ਇਤਿਹਾਸ ਤੇ ਸੱਭਿਆਚਾਰ ਨੂੰ ਰਲਗੱਡ ਕਰਨ ਵਾਲੀ ਕੋਈ ਵੀ ਚਾਲ ਬਰਦਾਸ਼ਤ ਨਹੀਂ ਕਰਾਂਗੇ ਵਿਰੋਧੀ ਧਿਰਾਂ ਦੀ ਗੱਲ ਕਰ ਲਈਏ ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਅਰਵਿੰਦ ਕੇਜਰੀਵਾਲ ਦੇ ਇਸ ਪੰਜਾਬ ਦੌਰੇ ਨੂੰ ਪੂਰੀ ਤਰ੍ਹਾਂ ਫਲਾਪ ਦੱਸਿਆ ਹੈ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਸਿਰਫ ਮਿੱਠੇ ਭਾਸ਼ਣਾ ਦੇ ਨਾਲ ਪੰਜਾਬ ਦੇ ਉਦਯੋਗਪਤੀਆਂ ਤੇ ਸਨਦਕਾਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਚੋਣਾਂ ਦੌਰਾਨ ਕਹਿੰਦੇ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ 3 ਮਹੀਨੇ ਚ ਨਸ਼ਾ ਖਤਮ ਕਰ ਦਿਆਂਗੇ ਪਰ ਹੁਣ ਪੰਜਾਬ ਫੇਰੀ ਤੇ ਆਏ ਅਰਵਿੰਦ ਕੇਜੀਵਾਲ ਨੇ ਨਸ਼ੇ ਦਾ ਮੁੱਦਾ ਉਠਾਉਣਾ ਤਾਂ ਕੀ ਸੀ ਨਾਮ ਤੱਕ ਨਹੀਂ ਲਿਆ ਬਾਜਵਾ ਨੇ ਸੀਐਮ ਭਗਵੰਤ ਮਾਨ ਤੇ ਵੀ ਤੰਝ ਕੱਸਿਆ ਕੇ ਅਰਵਿੰਦ ਕੇਜੀਵਾਲ ਜੀ ਤੁਸੀਂ ਇਕੱਲੇ ਭਗਵੰਤ ਮਾਨ ਨੂੰ ਹੀ ਨਸ਼ਾ ਮੁਕਤ ਕਰਕੇ ਦਿਖਾ ਦਿਓ ਬਾਕੀ ਗੱਲ ਬਾਅਦ ਚ ਕਰਾਂਗੇ ਪਹਿਲੇ ਤਾਂ ਮੈਂ ਅਰਵਿੰਦ ਕੇਜਰੀਵਾਲ ਨੂੰ ਇਹ ਗੱਲ ਕਹਿਣਾ ਚਾਹਾਂਗਾ ਕੇ ਜੀਵਾਲ ਸਾਹਿਬ ਤੁਸੀਂ ਸਮੁੱਚੇ ਪੰਜਾਬ ਦੀਆਂ ਮਾਂਵਾਂ ਸਮੁੱਚੇ ਪੰਜਾਬ ਨੂੰ ਇਹ ਵਚਨ ਦਿੱਤਾ ਸੀ ਕਿ 3 ਮਹੀਨਿਆਂ ਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ 1.5 ਸਾਲ ਬੀਤਣ ਤੋਂ ਬਾਅਦ ਤੁਸੀਂ ਐਦ ਕੀ ਆ ਕੇ ਤੁਸੀਂ ਗਾਰੰਟੀ ਸ਼ਬਦ ਵਰਤਿਆ ਸੀ ਤੁਸੀਂ ਨਾਂ ਤੱਕ ਨਹੀਂ ਲਿਆ ਅੱਜ ਤੋਂ ਚੰਦੜ੍ਹ ਪਹਿਲੇ 15 20 ਦਿਨ ਪਹਿਲੇ ਜਦੋਂ 15 ਅਗਸਤ ਵਾਲਾ ਦਿਨ ਸੀ ਝੰਡਾ ਲਹਿਰਾਉਣ ਵਾਸਤੇ ਭਵਤਮਾਨ ਗਿਆ ਸੀ ਉੱਥੇ ਨੇ ਕਿਸਾਨ ਦਾ ਟਾਈਮ ਹੋਰ ਮੰਗ ਲਿਆ ਕਿ ਮੈਨੂੰ ਅਗਲੇ ਸਾਲ ਦੀ ਵਿਵਸਥ 15 ਤੱਕ ਦਾ ਟਾਈਮ ਦੇ ਦਿਓ ਮੈਂ ਨਸ਼ਾ ਮੁਕਤ ਹਾਂ ਮੈਂ ਤੇ ਤੇਜਰੀਵਾਲ ਸਾਹਿਬ ਨੇ ਇੱਕੋ ਗੱਲ ਕਹੀ ਤੇਜਰੀਵਾਲ ਸਾਹਿਬ ਤੁਸੀਂ ਕੱਲਾ ਭਗਵਾਨ ਧੰਮ Haryana ਦੇ ਨੂ ਹਿੱਸਾ ਮਾਮਲੇ ਦੇ ਵਿੱਚ ਕਾਂਗਰਸ ਵਿਧਾਇਕ ਮੋਮਨ ਖਾਨ ਦੀ ਵੀਰਵਾਰ ਨੂੰ ਰਾਜਸਥਾਨ ਤੋਂ ਗ੍ਰਿਫਤਾਰੀ ਤੋਂ ਬਾਅਦ ਜ਼ਿਲ੍ਹੇ ਦੇ ਵਿੱਚ ਇੱਕ ਵਾਰੀ ਫੇਰ ਦਫਾ 44 ਲਾ ਦਿੱਤੀ ਗਈ ਹੈ 16 ਸਤੰਬਰ ਦੀ ਅੱਧੀ ਰਾਤ 12 ਵਜੇ ਤੱਕ ਇੰਟਰਨੈਟ ਵੀ ਬੰਦ ਕਰ ਦਿੱਤਾ ਗਿਆ ਅੱਜ ਸ਼ੁੱਕਰਵਾਰ ਨੂੰ ਘਰਾਂ ਦੇ ਵਿੱਚ ਨਮਾਜ਼ ਅਦਾ ਕਰਨ ਦੇ ਨਿਰਦੇਸ਼ ਦਿੱਤੇ ਗਏ ਯਾਨੀ ਕਿ ਮਸੀਤਾਂ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਮੋਮਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਹਰਿਆਣਾ ਸਰਕਾਰ ਨੇ ਮੁੜ ਤੋਂ ਇੰਟਰਨੈਟ ਬੰਦ ਕਰਨ ਦਾ ਇਹ ਵੱਡਾ ਫੈਸਲਾ ਲਿਆ ਤੇ ਜ਼ਿਲ੍ਹੇ ਵਿੱਚ ਸੁਰੱਖਿਆ ਵੀ ਵਧਾ ਦਿੱਤੀ ਹੈ ਵੱਡੀ ਖਬਰ ਹੈ ਕੋਟਕਪੂਰਾ ਗੋਲੀकांड ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵਿੱਚ ਚੌਥੀ ਚਾਰਜ ਸ਼ੀਟ ਫਰੀਦਕੋਟ ਅਦਾਲਤ ਦੇ ਵਿੱਚ ਦਾਖਲ ਕਰ ਦਿੱਤੀ ਗਈ ਹੈ 22 ਪੰਨਿਆਂ ਦੀ ਇਹ ਚਾਰਜ ਸ਼ੀਟ ਹੈ ਕੋਟਕਪੂਰਾ ਗੋਲੀकांड ਦੀ ਐਫ ਆਈ ਆਰ ਨੰਬਰ 192 ਦੇ ਵਿੱਚ ਵਿਸ਼ੇਸ਼ ਜਾਂਚ ਯੂਨੀਤ ਫਰੀਦਕੋਟ ਦੀ ਅਦਾਲਤ ਦੇ ਵਿੱਚ ਇਹ ਚੌਥਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ ਪਹਿਲਾਂ ਹੀ ਨਾਮਜ਼ਦ ਪੁਲਿਸ ਅਧਿਕਾਰੀਆਂ ਖਿਲਾਫ ਦਫਾ 118 ਤੇ 19 119 ਤਹਿ ਚਲਾਨ ਪੇਸ਼ ਕੀਤਾ ਗਿਆ ਚਲਾਨ ਵਿੱਚ ਤੱਥਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਏ ਗ 16 ਸਤੰਬਰ ਨੂੰ ਸੁਣਵਾਈ ਹੋਵੇਗੀ ਯਾਨੀ ਕਿ ਕੱਲ ਨੂੰ ਸੁਣਵਾਈ ਹੋਵੇਗੀ ਇਸ ਮਾਮਲੇ ਦੇ ਵਿੱਚ ਪਹਿਲੀ ਚਾਰਜ ਸ਼ੀਟ 24 ਫਰਵਰੀ ਨੂੰ ਦਾਇਰ ਕੀਤੀ ਗਈ ਸੀ ਪਹਿਲੇ ਚਲਾਨ ਦੇ 7000 ਪੰਨੇ ਸਨ ਇਸ ਦੇ ਵਿੱਚ ਸ਼੍ਰੋਮਣੀ ਕਾਲੇਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਸਾਬਕਾ ਡੀਜੀਪੀ ਸੁਮੇத் ਸੈਣੀ ਨੂੰ ਮੁੱਖ ਮਲਜ਼ਮ ਬਣਾਇਆ ਗਿਆ ਸੀ ਦੂਜਾ ਚਲਾਨ 24 ਅਪ੍ਰੈਲ ਨੂੰ ਸਿਟ ਨੇ 2400 ਪੰਨਿਆਂ ਦਾ ਪੇਸ਼ ਕੀਤਾ ਤੀਸਰਾ ਚਲਾਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ 28 ਅਗਸਤ 2023 ਨੂੰ ਪੇਸ਼ ਕੀਤਾ ਸੀ ਜਿਹੜਾ ਕਿ 2502 ਪੰਨਿਆਂ ਦਾ ਸੀ ਤੇ ਹੁਣ ਚੌਥਾ ਚਲਾਨ 22 ਪੇਜਾਂ ਦਾ ਦਾਇਰ ਕੀਤਾ ਗਿਆ ਹੈ ਇਸ ਦੇ ਵਿੱਚ ਕੀ ਕੁਝ ਲਿਖਿਆ ਗਿਆ ਹੈ ਇਹ ਹਾਲੇ ਪੁਖਤਾ ਜਾਣਕਾਰੀ ਸਾਡੇ ਤੱਕ ਪਹੁੰਚ ਨਹੀਂ ਬਾਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵਿਦਿਆਰਥਣ ਦੀ ਮੌਤ ਦੇ ਮਾਮਲੇ ਦੇ ਵਿੱਚ ਸ਼ੁੱਕਰਵਾਰ ਨੂੰ 20 ਵਿਦਿਆਰਥੀਆਂ ਨੇ ਵੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਜਾਰੀ ਰੱਖਿਆ ਜਿਸ ਦੇ ਵਿੱਚ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਨੇ ਵੀ ਹਿੱਸਾ ਲਿਆ ਹਾਲਾਂਕਿ ਬਾਅਦ ਵਿੱਚ ਪਰਿਵਾਰ ਨੇ ਵੀਸੀ ਪ੍ਰੋਫੈਸਰ ਅਰਵਿੰਦ ਦੇ ਨਾਲ ਮੁਲਾਕਾਤ ਵੀ ਕੀਤੀ ਪਰਿਵਾਰ ਨੇ ਕਥਿਤ ਦੋਸ਼ਾਂ ਦੇ ਵਿੱਚ ਘਰੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਸੁਜੀਤ ਤੇ ਪਰਚਾ ਦਰਜ ਕਰਨਾ ਅਤੇ ਮੁਅਤਲ ਕਰਨ ਦੀ ਮੰਗ ਦੇ ਨਾਲ-ਨਾਲ ਮੁਆਵਜ਼ਾ ਤੇ ਸਰਕਾਰੀ ਨੌਕਰੀ ਵੀ ਮੰਗੀ ਹੈ ਹਾਲਾਂਕਿ ਮੀਟਿੰਗ ਤੋਂ ਬਾਅਦ ਧਰਨੇ 'ਚ ਪਹੁੰਚੇ ਵੀਸੀ ਨੇ ਕਿਹਾ ਕਿ ਕਮੇਟੀ ਦਾ ਕਰ ਦਿੱਤਾ ਗਿਆ ਜਿਹੜੀ ਕਿ ਮੰਗਲਵਾਰ ਤੱਕ ਜਾਂਚ ਕਰਕੇ ਆਪਣੀ ਰਿਪੋਰਟ ਸੌਂਪੇਗੀ ਤੇ ਜਿਸ ਤੋ ਤੱਕ ਦੋਸ਼ਾਂ ਦੇ ਵਿੱਚ ਘਿਰੇ ਪ੍ਰੋਫੈਸਰ ਸੁਜੀਤ ਨੂੰ ਮੁਅਤਲ ਕਰਨ ਦੀ ਗੱਲ ਹੈ ਉਹ ਇਸ ਵਕਤ ਕਹਿੰਦੇ ਹਸਪਤਾਲ ਦੇ ਵਿੱਚ ਨੇ ਮਾਮਲੇ ਦੀ ਪੂਰੀ ਜਾਂਚ ਕਰਾਂਗੇ ਯਾਨੀ ਕਿ ਗੱਲ ਗੋਲ ਮੋਲ ਕਰ ਦਿੱਤੀ ਪਰਿਵਾਰ ਨੇ ਜਿਹੜਾ ਮੰਗ ਪੱਤਰ ਦਿੱਤਾ ਹੈ ਉਹਤੇ ਵੀ ਕੋਈ ਫੈਸਲਾ ਲਿਆ ਜਾਵੇਗਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੇਜ ਤੇ ਫੈਸਲੇ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ ਮੇਰੇ ਤੱਕ ਵਿਦਿਆਰਥੀ ਜਸ਼ਨਦੀਪ ਦੇ ਪਿਤਾ ਹਰਚਰਨ ਸਿੰਘ ਨੇ ਥਾਣਾ ਅਰਵਨ ਸਟੇਟ ਪਟਿਆਲਾ ਦੇ ਵਿੱਚ ਦਰਜ ਕਰਵਾਈ ਸ਼ਿਕਾਇਤ ਦੇ ਵਿੱਚ ਪ੍ਰੋਫੈਸਰ ਸੁਜੀਤ ਦੇ ਕਤਲ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ ਪਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਕੋਈ ਵੀ ਕਾਰਵਾਈ ਨਾ ਕਰਨ ਦੀ ਵੀ ਮੰਗ ਕੀਤੀ ਹੈ ਫਿਰੋਜ਼ਪੁਰ ਦੇ ਸਰਹੱਦ ਦੇ ਪਿੰਡ ਜੱਲੂਕੇ ਤੋਂ ਕਾਬੂ ਕੀਤੀ 2 ਕਿਲੋ ਹੈਰੋਨ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ। ਲੰਘੇ ਦਿਨੀ ਸਥਾਨਕ ਲੋਕਾਂ ਨੇ ਰਾਤ ਦੇ ਹਨੇਰੇ ਵਿੱਚ ਪੁਲਿਸ ਦੀ ਵਰਦੀ ਵਿੱਚ ਦੋ ਮੁਲਾਜ਼ਮ ਫੜ ਕੇ ਬੀਐਸਐਫ ਦੇ ਹਵਾਲੇ ਕੀਤੇ ਸਨ। ਦਾਵਾ ਕੀਤਾ ਸੀ ਕਿ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਡਰੱਗ ਸਪਲਾਈ ਲੈਣ ਲਈ ਇੱਥੇ ਪਹੁੰਚੇ ਸਨ। ਇਹਨਾਂ ਦੀ ਵਰਦੀ ਤੋਂ ਇੱਕ ਸਬ ਇੰਸਪੈਕਟਰ ਤੇ ਇੱਕ ਹਵਲਦਾਰ ਲੱਗ ਰਿਹਾ ਸੀ। ਬੀਐਸਐਫ ਦੇ ਜਵਾਨਾਂ ਨੇ ਦੋ ਪੈਕੇਟ ਹੈਰੋਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਕਾਰ ਦੇ ਟਾਇਰ ਨੇੜੇੋਂ ਬੰਪਰ ਦੇ ਵਿੱਚੋਂ ਬਰਾਮਦ ਕੀਤੇ। ਇਸ ਤੋਂ ਬਾਅਦ ਜਲੰਧਰ ਦੇ ਐਸਐਸਪੀ ਸੁਖ ਵਿੰਦਰ ਸਿੰਘ ਦਾ ਬਿਆਨ ਆਇਆ ਹੈ ਕਿ ਬੀਐਸਐਫ ਦੇ ਜਵਾਨਾਂ ਨੂੰ ਗਲਤਫਹਿਮੀ ਹੋਈ ਹੈ ਸਾਡੇ ਮੁਲਾਜ਼ਮਾਂ ਨੂੰ ਤਾਂ ਇਨਪੁਟ ਮਿਲੀ ਸੀ ਤੇ ਉਹ ਉਸ ਨੂੰ ਰਿਕਵਰ ਕਰਨ ਦੇ ਲਈ ਗਏ ਸੀ ਪਰ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਜੇ ਹੈਰਨ ਰਿਕਵਰ ਕਰਨ ਦੇ ਲਈ ਗਏ ਸੀ ਤਾਂ ਫਿਰ ਮੁਲਾਜ਼ਮਾਂ ਨੂੰ ਤਾਂ ਸ਼ਾਨੋ ਸ਼ੌਕਤ ਦੇ ਨਾਲ ਬਾਹਰ ਆਉਣਾ ਚਾਹੀਦਾ ਸੀ ਗੱਡੀ ਦੇ ਵਿੱਚ ਬੈਠਾ ਇੱਕ ਮੁਲਾਜ਼ਮ ਮੂੰਹ ਕਿਉਂ ਲੁਕੋ ਰਿਹਾ ਸੀ ਇਹ ਵੀ ਪੁਆਇੰਟ ਹੈ ਕਿ ਰਿਕਵਰ ਕੀਤੀ ਹੈਰਨ ਨੂੰ ਫਿਰ ਇਹ ਤਸਕਰਾਂ ਦੇ ਵਾਂਗੂ ਕਿਉਂ ਲਿਜਾ ਰਹੇ ਸੀ ਕਾਰ ਦੇ ਬੋਨਟ ਦੇ ਵਿੱਚ ਪੈਕੇਟ ਕਿਉਂ ਲੁਕੋ ਕੇ ਰੱਖੇ ਸੀ ਜੇ ਇਹ ਉਥੋਂ ਜ਼ਬਤ ਕਰਕੇ ਲੈ ਕੇ ਆਏ ਸੀ ਤਾਂ ਇਹ ਗੱਡੀ ਵਿਚ ਸ਼ਾਨ ਨਾਲ ਰੱਖਦੇ ਤੇ ਜਾ ਕੇ ਪੁਲਿਸ ਦੇ ਹਵਾਲੇ ਕਰ ਦਿੰਦੇ ਸਵਾਲ ਤਾਂ ਕਈ ਖੜੇ ਹੁੰਦੇ ਨੇ ਪਰ ਪੰਜਾਬ ਪੁਲਿਸ ਨੇ ਇਸ ਤੇ ਵੀ ਜਵਾਬ ਦੇ ਦਿੱਤਾ ਹੈ ਐਕਸ ਪਲੇਟਫਾਰਮ ਤੇ ਟਵੀਟ ਕੀਤਾ ਹੈ ਬੀਐਸਐਫ ਅਤੇ ਐਸਐਸਓਸੀ ਫਾਜ਼ਿਲਕਾ ਨੇ ਜਲੰਧਰ ਦਿਹਾਤੀ ਪੁਲਿਸ ਦੇ ਵੱਲੋਂ ਸਾਂਝੇ ਕੀਤੇ ਇਨਪੁਟ ਤੇ ਕਾਰਵਾਈ ਕਰਦਿਆਂ ਪੌਣਿਕ 2 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਮਲਕੀਤ ਕਾਲੀ ਤੇ ਉਸਦੇ ਸਾਥੀਆਂ ਦੇ ਕਬਜ਼ੇ ਚ ਹੁਣ ਤੱਕ ਕਹਿੰਦੇ 24 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ ਤੇ ਐਸਐਸਓਸੀ ਫਾਜ਼ਿਲਕਾ ਦੇ ਵਿਖੇ ਕਹਿੰਦੇ ਐਫਆਈਆਰ ਵੀ ਦਰਜ ਕੀਤੀ ਗਈ ਹੈ ਸੋ ਹੁਣ ਕਿਹੜਾ ਪੱਖ ਸਹੀ ਸਮਝਿਆ ਜਾਵੇ ਬੀਐਸਐਫ ਦਾ ਜਾਂ ਫਿਰ ਪੰਜਾਬ ਪੁਲਿਸ ਦਾ ਤਸਵੀਰਾਂ ਜੋ ਬਿਆਨ ਕਰ ਰਹੀਆਂ ਨੇ ਉਹ ਸਾਫ਼ ਹੈ ਕਿ ਚਿੱਟੇ ਦੀ ਆੜ ਵਿੱਚ ਦਾਲ ਪੂਰੀ ਕਾਲੀ ਹੈ ਗਰੁੱਪ ਜਿਹੜਾ ਸੀਗਾ 50 ਕਿਲੋ ਦੇ ਕਰੀਬ ਹੈਰਨ ਬਾਣੀ ਦੇ ਰੂਟਰਾਂ ਹੀ ਲੈ ਕੇ ਆਇਆ ਸੀ ਔਰ ਜਿਹੜਾ ਇਹਨਾਂ ਦੇ ਵਿੱਚ ਮੇਨ ਕਿਗ ਪਿੰਨ ਜਿਹੜਾ ਮਲਕੀਤ ਕਾਲੀ ਨਿਕਲ ਕੇ ਆਇਆ ਸੀਗਾ ਮਲਕੀਤ ਵਿੱਚ ਕੀਤੀ ਗਈ ਤਾਂ ਇਹਨੇ ਦੱਸਿਆ ਵੀ ਅਗਰ ਅੱਜ ਸ਼ਾਮ ਤੱਕ ਤੁਸੀਂ ਰਿਕਵਰੀ ਕਰ ਲੋਗੇ ਤੇ ਤੁਹਾਨੂੰ 2 ਕਿਲੋ ਮੇਰੇ ਪਿੰਡ ਦੇ ਵਿੱਚ ਜਿਹੜੀ ਮੈਂ ਦਬਾਸ਼ ਪਾ ਕੇ ਰੱਖੀ ਹੈ ਉਹ ਬਰਾਮਦ ਹੋ ਸਕਦੀ ਹੈ ਆਦਰਵਾਇਜ਼ ਜਿਹੜੇ ਮੇਰੇ ਸਾਥੀ ਨੇ ਕੁਝ ਉੱਥੋਂ ਦੇ ਸਮਗਲ ਉਹ ਉਹਨੂੰ ਪੁੱਟ ਕੇ ਲਿਜਾ ਸਕਦੇ ਸਾਡੇ ਉੱਥੇ ਪਾਰਟੀ ਪੁਲਿਸ ਪਾਰਟੀ ਉੱਥੇ ਗਈ ਹੈ ਉਹਨਾਂ ਨੇ 2 ਕਿਲੋ ਹੈਰਨ ਜਿਹੜੀ ਹੈ ਰਿਕਵਰ ਕੀਤੀ ਰਿਕਵਰ ਕਰਨ ਤੋਂ ਬਾਅਦ ਜਦੋਂ ਪਿੰਡ ਦੇ ਵਿੱਚ ਪਤਾ ਲੱਗਿਆ ਵੀ ਜਿਹੜੀ ਸਾਢੇ 25 ਦੀ 25 ਕਿਲੋ ਰਿਕਵਰੀ ਹੈ ਸਾਰੀ ਪੁਲਿਸ ਨੇ ਕਰ ਲਈ ਹੈ ਇੱਕ ਗ੍ਰਾਮ ਵੀ ਸਾਡੇ ਕੋਲ ਵੇਚਣ ਲਈ ਨਹੀਂ ਬਚੀ ਤਾਂ ਉਹਨਾਂ ਨੇ ਸੋਚਿਆ ਵੀ ਪੁਲਿਸ ਤੋਂ ਇਹ ਖੋਲ ਹੀ ਜਾਵੇ ਔਰ ਜਦੋਂ ਇਹ ਲੋਕੀ ਉਹਨਾਂ ਦੇ ਪਿੱਛੇ ਲੱਗੇ ਤਾਂ ਉਹਨਾਂ ਨੂੰ ਆਪਦੇ ਗਵਰਨਰਟ ਚਿਪਾ ਲਿਆ ਸੀਗਾ ਔਰ ਅੱਗੇ ਜਾ ਕੇ ਜਦੋਂ ਉਹਨਾਂ ਨੇ ਦੇਖਿਆ ਬੀਐਸਐਫ ਦਾ ਨਾਕਾ ਲੱਗਿਆ ਸੀ ਉੱਥੇ ਉਹਨਾਂ ਨੇ ਗੱਡੀ ਖੜੀ ਕੀਤੀ ਸੋ ਪੰਜਾਬ ਦੇ ਵਿੱਚ ਚਿੱਟੇ ਦਾ ਇੱਕ ਖਤਰਨਾਕ ਖੇਲ ਲਗਾਤਾਰ ਪੰਜਾਬ ਦੇ ਨੌਜਵਾਨਾਂ ਦੇ ਨਾਲ ਖੇਡਿਆ ਜਾ ਰਿਹਾ ਹੈ ਉਹਨਾਂ ਦੀਆਂ ਜਾਨਾਂ ਜਾ ਰਹੀਆਂ ਨੇ ਨੌਜਵਾਨੀ ਬਰਬਾਦ ਹੋ ਖੰਨਾ ਤੋਂ ਤਾਜ਼ਾ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਪੁਲਿਸ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਕੀਤੇ ਨੇ ਚਿੱਟਾ ਖਰੀਦਣ ਤੋਂ ਬਾਅਦ ਵਾਪਸ ਜਾ ਰਹੇ ਨੌਜਵਾਨਾਂ ਨੂੰ ਮੁਹੱਲਾ ਵਾਸੀਆਂ ਨੇ ਫੜ ਲਿਆ ਤੇ ਜੇਬ ਚੋਂ ਚਿੱਟਾ ਬਰਾਮਦ ਕੀਤਾ ਜਾਣਕਾਰੀ ਮੁਤਾਬਕ ਮੀਟ ਮਾਰਕੀਟ ਦੇ ਨੇੜੇ ਚਿੱਟਾ ਵਕਣ ਕਰਕੇ ਲੋਕ ਪਰੇਸ਼ਾਨ ਨੇ ਮੁਹੱਲਾ ਨਿਵਾਸੀਆਂ ਨੇ ਖੁਦ ਹੀ ਟਰੈਪ ਲਾ ਕੇ ਇਹਨਾਂ ਨੌਜਵਾਨਾਂ ਨੂੰ ਫੜਿਆ ਤੇ ਬਾਅਦ ਵਿੱਚ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਪਰ ਪੁਲਿਸ ਦੇ ਵੱਲੋਂ ਕੋਈ ਬਹੁਤੀ ਚੰਗੀ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਗਈ ਪੰਜਾਬ ਦੇ ਬਹੁ ਕਰੋੜੀ ਡਰੱਗ ਮਾਮਲੇ ਦੇ ਵਿੱਚ ਸਿੱਟ ਦੀ ਰਿਪੋਰਟ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਅਦਾਲਤ ਨੇ ਸਿੱਟ ਦੇ ਚੀਫ ਅਤੇ ਸਾਬਕਾ ਡੀਜੀਪੀ ਸਿਧਾਰਥ ਚੱਟੂਪਾਧਿਆਏ ਦੀ ਚੌਥੀ ਰਿਪੋਰਟ ਨੂੰ ਖੋਲਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਇਸ ਤੇ ਸਿਰਫ ਤੇ ਸਿਰਫ ਚੱਟੂਪਾਧਿਆਏ ਦੇ ਹੀ ਹਸਤਾਖਰ ਨੇ ਬਾਕੀ ਦੋ ਹੋਰ ਮੈਂਬਰਾਂ ਨੇ ਤਾਂ ਸਾਈਨ ਇਨੀ ਕੀਤੇ ਰਿਪੋਰਟ ਸਿਰਫ ਚੱਟੂ ਪਾਧਿਆ ਨੇ ਹੀ ਪੇਸ਼ ਕੀਤੀ ਜਦ ਕਿ ਅਦਾਲਤ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਤੇ ਇਸ ਰਿਪੋਰਟ ਦੇ ਵਿੱਚ ਪਤਾ ਲੱਗਿਆ ਕਿ ਦੋ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਦਾ ਚੱਟੂ ਪਾਧਿਆ ਨੇ ਜ਼ਿਕਰ ਕੀਤਾ ਸੀ ਉਹਨਾਂ ਤੇ ਗੰਭੀਰ ਇਲਜ਼ਾਮ ਲਾਏ ਤੇ ਇਸ ਰਿਪੋਰਟ ਨੂੰ ਖੋਲਣ ਤੋਂ ਪਹਿਲਾਂ ਹੀ ਦੋਵੇਂ ਜਣੇ ਅਦਾਲਤ ਵਿੱਚ ਪਟੀਸ਼ਨ ਲੈ ਕੇ ਪਹੁੰਚ ਗਏ ਅਦਾਲਤ ਨੂੰ ਆਪਣਾ ਪੱਖ ਸੁਣਨ ਦੀ ਅਪੀਲ ਕੀਤੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਸੀ ਤੇ ਅਦਾਲਤ ਵਿੱਚ ਆਪਣਾ ਪੱਖ ਰੱਖਦੇ ਹੋਏ ਦੋਵੇਂ ਸਾਬਕਾ ਡੀਜੀਪੀਸ ਨੇ ਕਿਹਾ ਕਿ ਕਿਉਂਕਿ ਸਿਧਾਰਥ ਚੱਟੂਪਾਧੇ ਡੀਜੀਪੀ ਨਹੀਂ ਬਣ ਸਕੇ ਇਸ ਲਈ ਉਹਨਾਂ ਨੇ ਸਾਡੇ ਖਿਲਾਫ ਗੰਭੀਰ ਇਲਜ਼ਾਮ ਲਾਏ ਨੇ ਜਦਕਿ ਰਿਪੋਰਟ ਤੇ ਦੋ ਹੋਰ ਜਿਹੜੇ ਕਮੇਟੀ ਮੈਂਬਰ ਨੇ ਉਹਨਾਂ ਦੇ ਹਸਤਾਖਰ ਹੀ ਨਹੀਂ ਹਨ ਸੋ ਅਦਾਲਤ ਨੇ ਡੀਜੀਪੀ ਸੁਰੇਸ਼ अरोड़ा ਤੇ ਦਿਨਕਰ ਗੁਪਤਾ ਨੂੰ ਦਿਨਕਰ ਗੁਪਤਾ ਦੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਫੈਸਲਾ ਸੁਣਾਇਆ ਕਿ ਸਿਧਾਰਥ ਚੱਟੂਪਾਧੇ ਦੇ ਵੱਲੋਂ ਪੇਸ਼ ਕੀਤੀ ਚੌਥੀ ਰਿਪੋਰਟ ਨੂੰ ਨਹੀਂ ਖੋਲਿਆ ਜਾਵੇਗਾ ਪੰਜਾਬ ਦੇ 18,000 ਡਿਪ ਹੋਲਡਰਾਂ ਨੇ ਮਾਨ ਸਰਕਾਰ ਦੇ ਖਿਲਾਫ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ ਚੰਡੀਗੜ੍ਹ ਦੇ ਸੈਕਟਰ 39 ਦੇ ਵਿੱਚ ਵੱਡੀ ਰੈਲੀ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਘਰਾਓ ਕੀਤਾ ਜਾਊਗਾ ਪੱਕਾ ਮੋਰਚਾ ਖੋਲਿਆ ਜਾਊਗਾ ਡਿੱਪੂ ਹੋਲਡਰਾਂ ਦਾ ਰੋਸ ਹੈ ਕਿ 2 ਅਕਤੂਬਰ ਤੋਂ ਪੰਜਾਬ ਸਰਕਾਰ ਮਾਰਕਫੈਡ ਦੇ ਰਾਹੀਂ ਆਟਾ ਸਪਲਾਈ ਕਰਨ ਜਾਣੀ ਹੈ ਤੇ ਜੇ ਮਾਰਕਫੈਡ ਆਟਾ ਸਪਲਾਈ ਕਰੇਗੀ ਪੰਜਾਬ ਦੇ ਲੋਕਾਂ ਨੂੰ ਜਿਹੜਾ ਸਰਕਾਰ ਮੁਫਤ ਦਿੰਦੀ ਹੈ ਤਾਂ ਇਹ ਡਿੱਪੂ ਹੋਲਡਰ ਬੇਰੁਜ਼ਗਾਰ ਹੋ ਜਾਣਗੇ ਅਜਿਹੇ ਵਿੱਚ ਉਹਨਾਂ ਨੇ ਹੁਣ ਸੰਘਰਸ਼ ਤੇ ਰਾਤ ਤੇ ਚੱਲਣ ਦਾ ਫੈਸਲਾ ਲਿਆ ਹੈ ਡਿੱਪੂ ਹੋਲਡਰਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੀ ਕਣਕ ਜਿਹੜੀ ਪਹਿਲਾਂ 2 ਰੁਪਏ ਪ੍ਰਤੀ ਕਿਲੋ ਮਿਲਦੀ ਸੀ ਹੁਣ ਕੇਂਦਰ ਸਰਕਾਰ ਨੇ ਮੁਫਤ ਕਰ ਦਿੱਤੀ ਹੈ ਤੇ ਮਾਨ ਸਰਕਾਰ ਉਸੇ ਕਣਕ ਦਾ ਆਟਾ ਤਿਆਰ ਕਰਕੇ ਮਾਰਕਫੈਡ ਰਾਹੀਂ ਸਪਲਾਈ ਕਰਨ ਦੀ ਤਿਆਰੀ ਦੇ ਵਿੱਚ ਹੈ ਉਨਾਏ ਵੀ ਕਿਹਾ ਕਿ ਡਿੱਪੂ ਹੋਲਡਰਾਂ ਨੂੰ 25 ਮਹੀਨਿਆਂ ਤੋਂ ਕਮਿਸ਼ਨ ਹੀ ਨਹੀਂ ਮਿਲਿਆ ਤੇ ਉਹਨਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ ਪਟਵਾਰ ਯੂਨੀਅਨ ਨੇ ਵੀ ਪਿਛਲੇ ਕਈ ਦਿਨਾਂ ਤੋਂ ਪੈਨਡਾਊਨ ਹੜਤਾਲ ਕੀਤੀ ਹੋਈ ਹੈ ਜਿਹੜੇ ਵਾਧੂ ਸਰਕਲ ਨੇ ਉਹਨਾਂ ਦਾ ਚਾਰਜ ਛੱਡ ਰੱਖਿਆ ਹੈ ਤੇ ਆਉਣ ਦੇ ਦਿਨਾਂ ਦੇ ਵਿੱਚ ਹੋਰ ਵੀ ਵੱਡੀ ਹੜਤਾਲ ਕਰਨ ਦਾ ਐਲਾਨ ਵੀ ਕੀਤਾ ਹੋਇਆ ਪਰ ਦੂਸਰੇ ਪਾਸੇ ਇੱਕ ਟੜਾ ਹੈਗਾ ਜਿਹੜਾ ਉਹ ਸਰਕਾਰ ਦੇ ਪੱਖ ਵਿੱਚ ਹੋਇਆ ਖੜਾ ਹੈ ਨਿਊ ਰੈਵੈਨਿਊ ਪਟਵਾਰੀ ਕਾਨੂੰਗੋ ਜੱਥੇਬੰਦੀ ਹੈ ਜਿਹੜੀ ਉਸ ਦੀ ਅਗਵਾਈ ਦੇ ਵਿੱਚ ਪਟਵਾਰੀਆਂ ਨੇ ਬਟਾਲਾ ਦੇ ਵਿੱਚ ਵੀ ਸਰਕਾਰ ਦੇ ਹੱਕ 'ਚ ਖੜਨ ਦਾ ਫੈਸਲਾ ਲਿਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦੇ ਹੱਕ 'ਚ ਖੜੇ ਹਾਂ ਤੇ ਖੜੇ ਰਹਾਂਗੇ। ਜਿੱਥੇ ਸਰਕਾਰ ਸਾਡੀ ਡਿਊਟੀ ਲਾਏਗੀ ਉੱਥੇ ਇਸ 24 ਘੰਟੇ ਕੰਮ ਕਰਾਂਗੇ। ਲੋਕਾਂ ਨੂੰ ਮੁਸ਼ਕਿਲ ਨਹੀਂ ਆਉਣ ਦੇਵਾਂਗੇ। ਜਦ ਕਿ ਦੂਸਰੇ ਪਾਸੇ ਜਿਹੜੀ ਪਟਵਾਰ ਯੂਨੀਅਨ ਪਹਿਲਾਂ ਤੋਂ ਹੀ ਮੌਜੂਦ ਹੈ ਉਸ ਨੇ ਇਲਜ਼ਾਮ ਲਾਏ ਨੇ ਕਿ ਇਹ ਜਾਣਬੁੱਝ ਕੇ ਸਾਡੇ ਸੰਘਰਸ਼ ਨੂੰ ਖਰਾਬ ਕਰ ਰਹੇ ਨੇ। ਪੂਰੇ ਉੱਤਰੀ ਭਾਰਤ ਦੀਆਂ 16 ਜਥੇਬੰਦੀਆਂ ਦੇ ਵੱਲੋਂ ਜਿਹੜਾ ਆਉਂਦੇ ਦਿਨਾਂ ਦੇ ਵਿੱਚ 28 ਸਤੰਬਰ ਤੋਂ ਪੰਜਾਬ ਚ ਰੇਲ ਰੋਕੋ ਮੋਰਚੇ ਦਾ ਐਲਾਨ ਕੀਤਾ ਗਿਆ ਹੈ ਉਸ ਦੀਆਂ ਵੀ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਇਸ ਦਰਮਿਆਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵੰਤ ਸਿੰਘ ਪੰਦੇ ਨੇ ਦੱਸਿਆ ਕਿ ਦੇਸ਼ ਦੇ ਅੰਦਰ ਬੋਲਣ ਦੇ ਹੱਕ ਤੇ ਲਗਾਤਾਰ ਤਾਨਾਸ਼ਾਹੀ ਤਰੀਕੇ ਦੇ ਨਾਲ ਹਮਲਾ ਕੀਤਾ ਜਾ ਰਿਹਾ ਹੈ ਲੋਕ ਹਿੱਤਾਂ ਵਿੱਚ ਆਵਾਜ਼ ਚੁੱਕਣ ਤੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਕੇ ਕਹਿੰਦੇ ਸਾਡੀ ਆਵਾਜ਼ ਦੱਬੀ ਜਾ ਰਹੀ ਹੈ ਅਸੀਂ ਕਹਿੰਦੇ ਰੇਲ ਰੋਕੋ ਅੰਦੋਲਨ ਦੀਆਂ ਤਿਆਰੀਆਂ ਕਰ ਰਹੇ ਹਾਂ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਹਾਂ ਤੇ ਸਾਡੇ ਸੋਸ਼ਲ ਮੀਡੀਆ ਖਾਤੇ ਬੰਦ ਕੀਤੇ ਜਾ ਰਹੇ ਨੇ ਉਹਨਾਂ ਸਰਕਾਰ ਨੂੰ ਕਿਹਾ ਕਿ ਰੇਲ ਰੋਕੋ ਮੋਰਚਾ ਸਾਡੀ ਅਣਖ ਦਾ ਸਵਾਲ ਨਹੀਂ ਹੈਗਾ ਜੇ ਤੁਸੀਂ ਸਾਡੇ ਨਾਲ ਆ ਕੇ ਗੱਲ ਕਰ ਲਓਗੇ ਸਰਕਾਰ ਨੂੰ ਕਿਹਾ ਕਿ ਤਾਂ ਅਸੀਂ ਇਸ ਨੂੰ ਮੁਲਤਵੀ ਕਰ ਸਕਦੇ ਹਾਂ ਇਹਨੂੰ ਰੱਦ ਵੀ ਕਰ ਸਕਦੇ ਹਾਂ ਅਜਈਆਂ ਕਾਰਵਾਈਆਂ ਨਾ ਕਰਕੇ ਕਹਿੰਦੇ ਸਾਡੇ ਨਾਲ ਟੇਬਲ ਟਾਕ ਕਰੋ ਮਸਲੇ ਦਾ ਹੱਲ ਕਰੋ ਉਧਰ ਭਗਵੰਤ ਮਾਨ ਸਰਕਾਰ ਦੇ ਵੱਲੋਂ ਰੈਲੀ ਵਿੱਚ ਸਰਕਾਰੀ ਬੱਸਾਂ ਦੀ ਜਿਹੜੀ ਵਰਤੋਂ ਕੀਤੀ ਗਈ ਹੈ ਜਿਸ ਦਿਨ ਪਹਿਲੇ ਦਿਨ ਅਰਵਿੰਦ ਕੇਜਰੀਵਾਲ ਆਏ ਸੀ ਤਿੰਨ ਦਿਨਾਂ ਦੌਰੇ ਦੌਰਾਨ ਉਹਦੀ ਵੀ ਪੰਦੇਰ ਨੇ ਆਲੋਚਨਾ ਕੀਤੀ ਅਤੇ ਕਿਹਾ ਕਿ ਇਸ ਸਰਕਾਰ ਦੀ ਅਤੇ ਪਿਛਲੀਆਂ ਸਰਕਾਰਾਂ ਦੀ ਕਾਰਜਸ਼ੈਲੀ ਦੇ ਵਿੱਚ ਕੋਈ ਫਰਕ ਨਹੀਂ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਇੱਕ ਮਾੜੀ ਕਰਤੂਤ ਦਾ ਵੀਡੀਓ ਸਾਂਝਾ ਕੀਤਾ ਹੈ। ਵੀਡੀਓ ਪਟਿਆਲਾ ਦੀ ਦੱਸੀ ਜਾ ਰਹੀ ਹੈ ਜਿਦੇ ਵਿੱਚ ਇੱਕ ਬਜ਼ੁਰਗ ਸਿੱਖ ਨੂੰ ਪੁਲਿਸ ਵਾਲਾ ਡੰਡੇ ਨਾਲ ਮਾਰ ਰਿਹਾ। ਬਜ਼ੁਰਗ ਕੋਈ ਪ੍ਰਦਰਸ਼ਨ ਨਹੀਂ ਕਰ ਰਿਹਾ ਬੈਠਾ ਹੋਇਆ ਹੈ। ਪਰ ਪੁਲਿਸ ਨੇ ਸਾਰੰਦ ਦੇ ਸਾਹਮਣੇ ਉਸ ਨੂੰ ਡਾਂਗਾ ਮਾਰਿਆ ਮਜੀਠੀਆ ਮਦਾਵਿਕ ਬਜ਼ੁਰਗ ਸਿੱਖ ਪੁਲਿਸ ਮੁਲਾਜ਼ਮ ਨੂੰ ਸਿਰਫ ਸਿਗਰਟ ਨੋਸ਼ੀ ਬੰਦ ਕਰਨ ਦੇ ਲਈ ਕਹਿ ਰਿਹਾ ਸੀ ਕਿਉਂਕਿ ਉਹਦੇ ਕੋਲੇ ਖੜ ਕੇ ਸਿਗਰਟ ਪੀ ਰਿਹਾ ਸੀ ਤੇ ਉਹ ਉਹਨੇ ਉਸ ਨੂੰ ਆਰਾਮ ਦੇ ਨਾਲ ਕਿਹਾ ਸੀ ਕਿ ਇਹਨੂੰ ਬੰਦ ਕਰ ਦੇ ਕਿਉਂਕਿ ਜਨਤਕ ਥਾਂ ਹੈ ਸੋ ਹੁਣ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਵੀਡੀਓ ਸਾਂਝੀ ਕਰਦੇ ਹੋਏ ਮੰਗ ਕੀਤੀ ਹੈ ਕਿ ਪੁਲਿਸ ਮੁਲਾਜ਼ਮ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਉਹਨਾਂ ਨੇ ਇਸ ਵੀਡੀਓ ਨੂੰ ਸਾਂਝੀ ਕਰਦਿਆਂ ਸੀਐਮ ਭਗਵੰਤ ਮਾਨ ਅਤੇ ਪਟਿਆਲਾ ਪੁਲਿਸ ਦੇ ਨਾਲ-ਨਾਲ ਪੰਜਾਬ ਪੁਲਿਸ ਨੂੰ ਵੀ ਟੈਗ ਕੀਤਾ ਤੇ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੈ ਧਮਕਾਉਣ ਲਈ ਨਹੀਂ ਲੋਕਲ ਬਾਡੀਜ਼ ਵਿਭਾਗ ਨੇ ਹੁਣ ਵਾਧੂ ਚਾਰਜ ਲੈਣ ਵਾਲੇ ਮੁਲਾਜ਼ਮਾਂ ਨੂੰ ਇਸ ਦਾ ਕੋਈ ਫਾਇਦਾ ਨਾ ਦੇਂਦਾ ਐਲਾਨ ਕਰਕੇ ਮੁਲਾਜ਼ਮਾਂ ਨੂੰ ਇੱਕ ਹੋ ਝਟਕਾ ਦੇ ਦਿੱਤਾ ਹੈ। ਇਸ ਸੰਬੰਧੀ ਆਰਡਰ ਹੈੱਡ ਆਫਿਸ ਦੇ ਵੱਲੋਂ ਪੰਜਾਬ ਦੀਆਂ ਸਾਰੀਆਂ ਨਗਰ ਨਿਗਮਾਂ ਦੇ ਕਮਿਸ਼ਨਰਾਂ, ਏਡੀਸੀ ਅਰਬਨ ਡਵੈਲਪਮੈਂਟ, ਨਗਰ ਸਦਾਰਾ ਟਰਸਟ ਦੇ ਚੇਅਰਮੈਨ ਅਤੇ ਮਿਊਨਿਸਪਲ ਕਮੇਟੀਆਂ ਦੇ ਈਓਜ਼ ਨੂੰ ਜਾਰੀ ਕਰ ਦਿੱਤਾ ਗਿਆ। ਇਸ ਤਹਿਤ ਸਰਕਾਰੀ ਜਾਂ ਲੋਕਲ ਪਦਰਥ ਦਿੱਤੇ ਗਏ ਵਾਧੂ ਚਾਰਜ ਨਾਲ ਸੰਬੰਧਿਤ ਮੁਲਾਜ਼ਮਾਂ ਨੂੰ ਐਫੀਡੇਵਿਟ ਦੇਣਾ ਪਵੇਗਾ ਤੇ ਇਸ ਦੇ ਬਦਲੇ ਉਹ ਕੋਈ ਵਿੱਤੀ ਲਾਭ ਵੀ ਕਲੇਮ ਨਹੀਂ ਕਰ ਸਕਣਗੇ। ਮੁਲਾਜ਼ਮਾਂ ਨੂੰ ਪ੍ਰੋਮੋ ਜੀ ਜਾਂ ਤਜਰਬੇ ਦੇ ਵਜੋਂ ਵਧੇਕ ਚਾਰਜ ਦਾ ਕੋਈ ਫਾਇਦਾ ਨਹੀਂ ਮਿਲੇਗਾ ਇਸ ਮਾਮਲੇ ਵਿੱਚ ਰਿਪੋਰਟ ਪਿਛਲੇ 3 ਮਹੀਨੇ ਤੋਂ ਪੈਂਡਿੰਗ ਚੱਲ ਰਹੀ ਹੈ ਜਿਸ ਸਬੰਧੀ ਸਰਕਾਰ ਦੇ ਵੱਲੋਂ 3 ਦਿਨ ਦੀ ਮੌਲਤ ਦਿੱਤੀ ਗਈ ਹੈ ਇਸ ਤੋਂ ਬਾਅਦ ਐਫੀਡੇਵਿਟ ਨਾ ਦੇਣ ਵਾਲੇ ਮੁਲਾਜ਼ਮਾਂ ਤੇ ਵਾਧੂ ਚਾਰਜ ਵਾਪਸ ਲੈਣ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਹਰਿਆਣਾ ਦੀ ਜੂਨੀਅਰ ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ਵਿੱਚ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਨੂੰ ਵੱਡੀ ਰਾਹਤ ਮਿਲੀ ਹੈ ਚੰਡੀਗੜ੍ਹ ਅਦਾਲਤ ਨੇ ਸੰਦੀਪ ਸਿੰਘ ਦੀ ਉਹ ਗਾਉ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਹੈ ਚੰਡੀਗੜ੍ਹ ਅਦਾਲਤ ਨੇ ਇੱਕ ਦਿਨ ਪਹਿਲਾਂ ਗਾਉ ਜ਼ਮਾਨਤ ਅਰਜ਼ੀ ਤੇ ਫੈਸਲਾ ਸੁਰੱਖਿਅ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਜਿਹੜਾ ਅਦਾਲਤ ਦੇ ਵਿੱਚ ਪਟੀਸ਼ਨ ਪਾ ਕੇ ਆਪਣੇ ਖਿਲਾਫ ਯੂਪੀਏ ਜਿਹੜਾ ਲਾਇਆ ਗਿਆ ਹੈ ਉਸ ਨੂੰ ਹਟਾਉਣ ਦੀ ਮੰਗ ਕੀਤੀ ਹੈ ਉਸ ਪਟੀਸ਼ਨ ਤੇ ਸੁਣਵਾਈ ਨਹੀਂ ਹੋ ਸਕੀ ਪਟੀਸ਼ਨ ਤੇ ਸੁਣਵਾਈ ਟਲ ਗਈ ਹੈ ਅਗਲੀ ਸੁਣਵਾਈ ਕਦੋਂ ਹੋਵੇਗੀ ਇਸ ਵਾਰੀ ਅਦਾਲਤ ਨੇ ਹਾਲੇ ਬਰੀਫਿੰਗ ਨਹੀਂ ਦਿੱਤੀ ਸੀ ਪਾਕਿਸਤਾਨ ਦੇ ਵਿੱਚ ਸਿੱਖ ਪੱਤਰਕਾਰ ਤੇ ਐਂਕਰ ਹਰਮਿਤ ਸਿੰਘ ਨੂੰ ਇੱਕ ਪਬਲਿਕ ਟੀਵੀ ਨੇ ਨੌਕਰੀ ਤੋਂ ਕੱਢ ਦਿੱਤਾ ਹੈ ਜਾਣਕਾਰੀ ਹਰਮਿਤ ਸਿੰਘ ਨੇ ਖੁਦ ਦਿੱਤੀ ਹੈ ਹਰਮਿਤ ਸਿੰਘ ਪਾਕਿਸਤਾਨ ਦਾ ਪਹਿਲਾ ਸਿੱਖ ਪੱਤਰਕਾਰ ਹੈ ਪਾਕਿਸਤਾਨ ਪੀਪਲਸ ਪਾਰਟੀ ਦੀ ਆਗੂ ਤੇ ਸਾਬਕਾ ਮੰਤਰੀ ਸਾਜ਼ੀਆ ਅੱਟਾ ਮਰੀਅਮ ਦੇ ਸ਼ਿਕਾਇਤ ਤੋਂ ਬਾਅਦ ਹਰਮਿਤ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ ਸਾਜ਼ੀਆ ਅੱਟਾ ਮਰੀਅਮ ਨੇ ਹਰਮਿਤ ਸਿੰਘ ਤੇ ਕੌਮੀ ਜਵਾਬਦੇਹੀ ਬਿਊਰੋ ਦੇ ਛਾਪੀ ਅਤੇ ਉਸਦੇ ਕਬਜ਼ੇ ਵਿੱਚੋਂ 97 ਅਰਬ ਪਾਕਿਸਤਾਨੀ ਰੁਪਏ ਦੀਆਂ ਰੁਪਏ ਦੀ ਬਰਾਮਦਗੀਆਂ ਝੂਠੀਆਂ ਖਬਰਾਂ ਫੈਲਾਉਣ ਦਾ ਦੋਸ਼ ਲਾਇਆ ਸੀ ਹਾਲਾਂਕਿ ਜਦੋਂ ਪਤਾ ਲੱਗਿਆ ਕਿ ਖਬਰ ਸਹੀ ਨਹੀਂ ਹੈ ਤਾਂ ਹਰਮਿਤ ਸਿੰਘ ਨੇ ਸਾਬਕਾ ਮੰਤਰੀ ਤੋਂ ਮਾਫੀ ਵੀ ਮੰਗੀ ਸੀ ਤੇ ਉਸ ਖਬਰ ਨੂੰ ਹਟਾ ਵੀ ਦਿੱਤਾ ਸੀ ਹਰਮੀਤ ਸਿੰਘ ਨੇ ਕਿਹਾ ਕਿ ਮਾਫੀ ਸਵੀਕਾਰ ਕਰਨ ਦੀ ਬਜਾਏ ਸ਼ਾਜ਼ੀਆ ਨੇ ਉਹਨਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਤੇ 10 ਅਰਬ ਪਾਕਿਸਤਾਨੀ ਰੁਪਏ ਦੀ ਮਾਣਹਾਨੀ ਦਾ ਮੁਕੱਦਮਾ ਵੀ ਦਾਇਰ ਕਰ ਦਿੱਤਾ। ਸ਼ਾਜ਼ੀਆ ਨੇ ਚੈਨਲ ਦੇ ਮਾਲਕਾਂ ਨੂੰ ਵੀ ਧਮਕੀ ਦਿੱਤੀ ਕਿ ਜੇ ਹਰਮੀਤ ਸਿੰਘ ਨੂੰ ਨਾ ਹਟਾਇਆ ਗਿਆ ਤਾਂ ਸਾਰੇ ਸਰਕਾਰੀ ਇਸ਼ਤਿਹਾਰ ਬੰਦ ਕੀਤੇ ਜਾਣਗੇ ਤੇ ਚੈਨਲ ਦਾ ਲਾਇਸੈਂਸ ਵੀ ਰੱਦ ਕੀਤਾ ਜਾਊਗਾ। ਰੋਪੜ ਤੋਂ ਇੱਕ ਹਾਦਸੇ ਦੀ ਖਬਰ ਹੈ ਜਿੱਥੇ ਬਾਈਪਾਸ ਤੇ ਰਿਆਤ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ 18 ਦੇ ਲਗਭਗ ਸਕੂਲੀ ਬੱਚੇ ਜ਼ਖਮੀ ਹੋ ਗਏ ਸਕੂਲ ਦੀ ਬੱਸ ਬੱਚਿਆਂ ਨੂੰ ਛੁੱਟੀ ਤੋਂ ਬਾਅਦ ਘਰਾਂ ਨੂੰ ਛੱਡਣ ਜਾ ਰਹੀ ਸੀ ਇਸ ਦੌਰਾਨ ਬਾਈਪਾਸ ਤੇ ਇੱਕ ਕੈਂਟਰ ਬੱਸ ਨਾਲ ਪਿੱਛੋਂ ਟਕਰਾ ਗਿਆ ਬੱਸ ਵਿੱਚ ਮੌਜੂਦ ਬੱਚੇ ਜ਼ਖਮੀ ਹੋ ਗਏ ਜ਼ਖਮੀ ਹੋਏ ਬੱਚਿਆਂ ਨੂੰ ਰਾਹਗੀਰਾਂ ਨੇ ਨੇੜੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਹਾਲਾਂਕਿ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਹੈ ਲੁਧਿਆਣਾ ਦੇ ਹੈਬੋਵਾਲ ਦੇ ਰਹਿਣ ਵਾਲੇ ਇੱਕ ਕਪੜਾ ਕਾਰੋਬਾਰੀ ਨੇ ਫਾਈਨਾਂਸਰਾਂ ਤੋਂ ਦੁਖੀ ਹੋ ਕੇ ਆਪਣੀ ਪਤਨੀ ਸਮੇਤ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਪਾਖੜਾ ਨਹਿਰ ਵਿੱਚੋਂ ਕੱਢ ਕੇ ਵਪਾਰੀ ਦਾਤਾ ਬਚਾ ਹੋ ਗਿਆ ਪਰ ਪਤਨੀ ਡੁੱਬ ਗਈ। ਸੁਸਾਇਸਾਈਡ ਨੋਟ ਵੀ ਮਿਲਿਆ ਜਿਸ ਵਿੱਚ ਲੁਧਿਆਣਾ ਦੇ ਮਸ਼ਹੂਰ ਫਾਈਨਾਂਸਰਾਂ ਦੇ ਨਾਮ ਲਿਖੇ ਹੋਏ ਨੇ। ਬੁਲੇਟਿਨ ਦੇ ਵਿੱਚ ਹੁਣ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਤੇ ਪੂਰੀ ਦੁਨੀਆ ਤੋਂ ਕਾਂਗਰਸ ਦੀ ਨਵੀਂ ਵਰਕਿੰਗ ਕਮੇਟੀ ਯਾਨੀ ਕਿ ਸੀਡਬਲਯੂਸੀ ਦੀ ਪਹਿਲੀ ਬੈਠਕ ਕੱਲ ਸ਼ਨੀਚਰਵਾਰ ਨੂੰ ਹੋਵੇਗੀ ਜਿਸ ਵਿੱਚ ਵਿਰੋਧੀ ਗੱਠਜੋੜ, ਇੰਡੀਆ ਦੀ ਏਕਤਾ ਨੂੰ ਅੱਗੇ ਵਧਾਉਣ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਭਵਿੱਖ ਦੀ ਰਣਨੀਤੀ, ਆਉਂਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇ ਹੋਰ ਕਈ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ। ਕਾਂਗਰਸ ਨੇ ਵੀ ਇਹ ਗੱਲ ਨੂੰ ਆਪਣੀ ਵਰਕਿੰਗ ਕਮੇਟੀ ਦਾ ਪੁਨਰਗਠਨ ਕੀਤਾ ਸੀ ਜਿਸ ਦੇ ਵਿੱਚ ਪਾਰਟੀ ਪ੍ਰਧਾਨ ਮਲਿਕਾ ਜਨ ਖੜਗੇ ਦੇ ਨਾਲ ਨਾਲ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧ ਕੀਤਾ ਗਿਆ ਸੀ ਵਰਕਿੰਗ ਕਮੇਟੀ ਦੇ ਵਿੱਚ 39 ਮੈਂਬਰ 32 ਸਥਾਈ ਇਨਵਾਈਟੀਆਂ ਤੇ 17 ਵਿਸ਼ੇਸ਼ ਇਨਵਾਈਟੀਆਂ ਵੀ ਸ਼ਾਮਲ ਨੇ ਸਚਨ ਪਾਇਲਟ ਅਤੇ ਸਸ਼ੀਥ ਰੂਰ ਵਰਗੇ ਲੀਡਰਾਂ ਨੂੰ ਪਹਿਲੀ ਵਾਰ ਇਸ ਵਰਕਿੰਗ ਕਮੇਟੀ ਵਿੱਚ ਥਾਂ ਮਿਲੀ ਹੈ ਸੁਪਰੀਮ ਕੋਰਟ ਨੇ ਮਨੀਪੁਰ ਦੇ ਵਿੱਚ ਐਡੀਟਰਜ਼ ਗਿਲਡ ਆਫ ਇੰਡੀਆ ਦੇ ਚਾਰ ਮੈਂਬਰਾਂ ਖਿਲਾਫ ਦਰਜ ਐਫਆਈਆਰ ਤਹਿਤ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ 2 ਹਫ਼ਤਿਆਂ ਤੱਕ ਵਧਾ ਦਿੱਤੀ ਹੈ ਮੁੰਬਈ ਹਾਈ ਕੋਰਟ ਨੇ ਕਿਹਾ ਕਿ ਆਧੁਨਿਕ ਸਮਾਜ ਦੇ ਵਿੱਚ ਘਰੇਲੂ ਜ਼ਿੰਮੇਵਾਰੀਆਂ ਪਤੀ-ਪਤਨੀ ਨੂੰ ਬਰਾਬਰ ਨਿਭਾਉਣੀਆਂ ਚਾਹੀਦੀਆਂ ਨੇ ਜਸਟਿਸ ਨਿਤਿਨ ਸਾਂਭਰੇ ਅਤੇ ਜਸਟਿਸ ਸ਼ਰਮੀਲਾ ਦੇਸ਼ਮੁਖ ਦੀ ਡਿ ਵਿਅਕਤੀ ਦਿ ਉਸ ਅਪੀਲ ਨੂੰ ਰੱਦ ਕਰਦਿਆਂ ਇਹ ਟਿੱਪਣੀ ਕੀਤੀ ਜਿਸ ਵਿੱਚ ਉਸਨੇ ਤਲਾਕ ਦੀ ਬੇਨਤੀ ਕੀਤੀ ਸੀ ਵਿਅਕਤੀ ਨੇ ਤਲਾਕ ਦੀ ਬੇਨਤੀ ਵਾਲੀ ਪਟੀਸ਼ਨ ਨੂੰ ਰੱਦ ਕਰਨ ਵਾਲੇ ਪ੍ਰਵਾਰਿਕ ਅਦਾਲਤ ਦੇ ਮਾਰਚ 2018 ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ ਭਾਰਤ ਦੇ ਕਈ ਨਿਊਜ਼ ਚੈਨਲਾਂ ਦੇ ਐਂਕਰਾਂ ਦੇ ਬਾਈਕਾਟ ਤੇ ਕਾਂਗਰਸ ਨੇ ਫੇਰ ਬਿਆਨ ਦਿੱਤਾ ਹੈ ਆਪਣਾ ਪੱਖ ਰੱਖਦਿਆਂ ਵਿਰੋਧੀ ਗੱਠਬੰਧਨ ਵਿਰੋਧੀ ਗੱਠ ਜੋੜ ਇੰਡੀਆ ਦੇ ਇਸ ਫੈਸਲੇ ਤੇ ਕਾਂਗਰਸ ਦੇ ਮੁਖ ਸਕੱਤਰ ਕੇ ਸੀ ਵਿਨੂ ਗੋਪਾਲ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਰਖੇਕ ਕਹਿੰਦੇ ਮੀਡੀਆ ਦੀ ਭੂਮਿਕਾ ਸਰਕਾਰ ਦੀ ਗਲਤੀ ਸੁਧਾਰਨ ਦੀ ਹੁੰਦੀ ਹੈ ਇਸੇ ਤਰ੍ਹਾਂ ਮੀਡੀਆ ਵਿਪੱਖਸ਼ ਨੂੰ ਯਾਨਕੀ ਵਿਰੋਧੀ ਧਿਰ ਨੂੰ ਵੀ ਉਹਨਾਂ ਦੀ ਗੱਲ ਰੱਖਣ ਦੇ ਲਈ ਸਮਰਥਨ ਦਿੰਦਾ ਹੈ ਪਰ ਬਦਕਿਸਮਤੀ ਦੇ ਨਾਲ ਕਹਿੰਦੇ ਮੀਡੀਆ ਦੇ ਕੁਝ ਲੋਕ ਸਰਕਾਰ ਦਾ ਸਮਰਥਨ ਕਰਦੇ ਨੇ ਤੇ ਵਿਰੋਧੀ ਧਿਰਾਂ ਨੂੰ ਸਿਰਫ ਤੇ ਸਿਰਫ ਨੀਵਾ ਦਿਖਾਉਂਦੇ ਨੇ ਇਹ ਮੋਦੀ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਪੱਤਰਕਾਰਤਾ ਹੈ ਇਸ ਲਈ ਇੰਡੀਆ ਗੱਠ ਜੁੜ ਨੇ ਇਹ ਫੈਸਲਾ ਲਿਆ ਹੈ ਇਹਨਾਂ ਦਾ ਬਾਈਕਾਟ ਕੀਤਾ ਹੈ ਕਰਨਾਟਕਾ ਹਾਈ ਕੋਰਟ ਨੇ ਅੱਜ ਨਿਊਜ਼ ਚੈਨਲ ਆਜ ਤੱਕ ਦੇ ਪੱਤਰਕਾਰ ਸੁਧੀਰ ਚੌਧਰੀ ਨੂੰ ਗ੍ਰਿਫਤਾਰੀ ਤੋਂ ਰਹਾਅ ਦਿੰਦੇ ਹੋਏ ਸੁਧੀਰ ਦੇ ਖਿਲਾਫ ਪਹਿਲੀ ਨਜ਼ਰੇ ਕੇਸ ਬਣਾਇਆ ਹੈ ਹਾਈ ਕੋਰਟ ਨੇ ਹੁਕਮ ਸੁਧੀਰ ਚੌਧਰੀ ਖਿਲਾਫ ਬੰਗਲੌਰੂ ਪੁਲਿਸ ਦੀ ਉਸ ਐਫ ਆਈ ਆਰ ਦੇ ਸਬੰਧ ਵਿੱਚ ਦਿੱਤਾ ਹੈ ਜਿਸ ਵਿੱਚ ਉਸਤੇ ਫਿਰਕੂ ਸ਼ਾਂਤੀ ਭੰਗ ਕਰਨ ਦੀ ਸਾਜ਼ਿਸ਼ ਦਾ ਦੋਸ਼ ਲਾਇਆ ਗਿਆ ਦਰਅਸਲ ਸੁਧੀਰ ਚੌਧਰੀ ਨੇ ਕਥਿਤ ਤੌਰ ਤੇ ਆਪਣੇ ਸ਼ੋਅ ਦੇ ਵਿੱਚ ਦਾਵਾ ਕੀਤਾ ਸੀ ਕਿ ਕਰਨਾਟਕਾ ਦੀ ਸਰਕਾਰ ਦੀ ਸਵალੰਭੀ ਸਾਥੀ ਯੋਜਨਾ ਦਾ ਲਾਭ ਸਿਰਫ ਧਾਰਮਿਕ ਘਟ ਗਣਤੀਆਂ ਨੂੰ ਹੀ ਦਿੱਤਾ ਜਾ ਰਿਹਾ ਹੈ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਯੂਰਪੀਅਨ ਯੂਨੀਅਨ ਨੇ ਟਿਕਟੌਕ ਤੇ 370 ਮਿਲੀਅਨ ਡਾਲਰ ਦਾ ਜੁਰਮਾਨਾ ਲਾਇਆ ਹੈ। ਭਾਰਤੀ ਕਰੰਸੀ ਦੇ ਵਿੱਚ ਇਹ ਰਕਮ 3000 ਕਰੋੜ ਤੋਂ ਵੀ ਵੱਧ ਬਣਦੀ ਹੈ। ਟਿਕਟੌਕ ਤੇ ਇਹ ਜੁਰਮਾਨਾ ਬੱਚਿਆਂ ਦੇ ਨਾਲ ਜੁੜੇ ਪਰਸਨਲ ਡੇਟਾ ਨੂੰ ਨਿੱਜੀ ਡੇਟਾ ਨੂੰ ਠੀਕ ਤਰੀਕੇ ਨਾਲ ਹੈਂਡਲ ਨਾ ਕਰਨ ਦੀ ਵਜ੍ਹਾ ਕਰਕੇ ਲਾਇਆ ਗਿਆ ਹੈ। ਜਾਪਾਨ ਦੇ ਵਿੱਚ ਅਮਰੀਕਾ ਦੇ ਰਾਜਦੂਤ ਰਾਮ ਇਮੈਨੂਅਲ ਨੇ ਪਿਛਲੇ 2 ਹਫ਼ਤਿਆਂ ਤੋਂ ਚੀਨ ਦੇ ਰੱਖਿਆ ਮੰਤਰੀ ਲੀ ਸ਼ੰਗਫੂ ਦੇ ਗਾਇਬ ਹੋਣ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਇਸ ਬਾਰੇ ਤੰਚ ਕੱਸਦੇ ਹੋਏ ਟਵੀਟ ਕੀਤਾ ਕਿ ਚੀਨ ਦੀ ਸਰਕਾਰ ਵਿੱਚ ਬੇਰੁਜ਼ਗਾਰੀ ਦਰ ਬਹੁਤ ਹੀ ਜ਼ਿਆਦਾ ਹੋ ਗਈ ਹੈ ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਸ਼ੰਗਫੂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਚੀਨ ਦੇ ਵਿੱਚ ਬਿਨਾਂ ਰਸਮੀ ਐਲਾਨ ਦੇ ਸੀਨੀਅਰ ਲੀਡਰਾਂ ਅਧਿਕਾਰੀਆਂ ਦੇ ਲੋਕਾਂ ਦਾ ਅਧਿਕਾਰੀਆਂ ਜਾਂ ਹੋਰ ਲੋਕਾਂ ਦਾ ਇਸ ਤਰੀਕੇ ਦੇ ਨਾਲ ਗਾਇਬ ਹੋਣ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਲੀਬੀਆ ਦੇ ਵਿੱਚ ਕੁਦਰਤੀ ਤਬਾਹੀ ਦੀ ਗੱਲ ਦੱਸ ਦਈਏ ਤਾਂ ਦੇਰਨਾ ਸ਼ਹਿਰ ਦੇ ਵਿੱਚ ਬਹੁਤ ਹੀ ਤਬਾਹਕਾਰੀ ਹੜ੍ਹ ਦੇ ਵਿੱਚ ਮਾਰੇ ਗਏ ਲੋਕਾਂ ਦੀਆਂ ਦੇਹਾਂ ਨੂੰ ਸਮੂਹਿਕ ਕਬਰਾਂ ਦੇ ਵਿੱਚ ਦਫਨਾਇਆ ਜਾ ਰਿਹਾ ਹੈ ਯਾਨੀ ਕਿ ਉੱਥੇ ਇੰਨਾ ਕੁ ਜ਼ਿਆਦਾ ਨੁਕਸਾਨ ਹੋ ਗਿਆ ਐਨੀ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਨੇ ਕਿ ਉਹਨਾਂ ਨੂੰ ਦਫਨਾਉਣ ਦੇ ਲਈ ਵੀ ਥਾਂ ਨਹੀਂ ਮਿਲ ਰਹੀ ਇਸ ਕਰਕੇ ਤੂਫਾਨ ਡੇਨੀਅਲ ਦੇ ਦੌਰਾਨ ਮਾਰੇ ਜਾਣ ਵਾਲੇ ਲੋਕਾਂ ਨੂੰ ਹੁਣ ਇਕੱਠੇ ਹੀ ਦਫਨਾਇਆ ਜਾ ਰਿਹਾ ਹੈ ਇਸ ਕੁਦਰਤੀ ਆਫਤ ਦੇ ਵਿੱਚ ਘੱਟੋ ਘੱਟ 2300 ਤੋਂ ਵੱਧ ਲੋਕਾਂ ਦੇ ਖਤਮ ਹੋਣ ਦੀ ਖਬਰ ਹੈ ਐਤਵਾਰ ਨੂੰ ਦੇਰ ਰਾਤ ਦੇ ਵਿੱਚ ਸੁਨਾਮੀ ਵਰਗਾ ਹੜ ਆਇਆ ਸੀ ਜਿਸ ਦੇ ਵਿੱਚ ਲੋਕ ਬੁਰੀ ਤਰ੍ਹਾਂ ਦੇ ਨਾਲ ਹੜ ਗਏ ਸਨ ਯਾਨੀ ਕਿ ਪਾਣੀ ਹੈ ਜਿਹੜਾ ਉਹ ਲੋਕਾਂ ਨੂੰ ਸੁੱਤੇ ਪਿਆ ਨੂੰ ਵਹਾ ਕੇ ਲੈ ਗਿਆ ਸੀ ਆਸਟ੍ਰੇਲੀਆ ਦੇ ਸਾਬਕਾ ਟੈਸਟ ਕ੍ਰਿਕਟਰ ਸਟੂਅਰਟ ਮੈਕਿਲ ਤੇ ਕੋਕਿੰਗ ਸਪਲਾਈ ਕਰਨ ਦੀ ਇੱਕ ਵੱਡੀ ਸਾਜ਼ਿਸ਼ ਦੇ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ ਲੱਗਿਆ ਹੈ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਸਵੇਰ ਦੀਆਂ ਖਬਰਾਂ 'ਚ ਫਿਰ ਮਿਲਾਂਗੇ what